ਪਰਮ ਸਨਮਾਨ ਜੋ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰ ਰਿਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਅੱਜ ਅਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਗਾਥਾ, ਜੋ ਸਹਿਸਕ੍ਰਿਤੀ ਸਲੋਕਾਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 1360 ਅੰਕ ਤੋਂ ਆਰੰਭ ਹੁੰਦੀ ਹੈ। ਜਿਸ ਬਾਣੀ ਦੇ ਕੁੱਲ ਪਦੇ 24 ਹਨ, ਉਹਦੀ ਵਿਚਾਰ ਆਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਸਹਿਸਕ੍ਰਿਤੀ ਸਲੋਕਾਂ ਵਿੱਚ ਸਹਿਸਕ੍ਰਿਤੀ ਬੋਲੀ, ਉਸੇ ਤਰ੍ਹਾਂ ਹੀ ਇੱਕ ਬੋਲੀ ਗਾਥਾ ਹੈ ਜਿਹਦੇ ਵਿੱਚ ਹੋਰ ਗ੍ਰੰਥ ਵੀ ਲਿਖੇ ਹੋਏ ਮਿਲਦੇ ਹਨ। ਜੇ ਇਸ ਭਾਸ਼ਾ ਦੇ ਵਿੱਚ ਸੰਸਕ੍ਰਿਤ, ਪਾਲੀ, ਹੋਰ ਬੋਲੀਆਂ ਦੇ ਸ਼ਬਦ ਲਿਖੇ ਮਿਲਦੇ ਨੇ ਤਾਂ ਉਹ ਵਿਚਾਰ ਅਸੀਂ ਜ਼ਰੂਰੀ ਸਮਝੀ। ਅੱਜ ਇਸੇ ਬਾਣੀ ਦੀ ਵਿਚਾਰ ਅਸੀਂ ਸ਼ੁਰੂ ਕਰਾਂਗੇ। ਸਾਡੇ ਨਾਲ ਹਾਜ਼ਰ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸਹਿਸਕ੍ਰਿਤੀ ਸਲੋਕਾਂ ਦੀ ਲੰਬਾ ਸਮਾਂ ਲਾ ਕੇ ਵਿਚਾਰ ਸਾਡੇ ਨਾਲ ਸਾਂਝੀ ਕੀਤੀ। ਆਪ ਜਾਣਦੇ ਹੋ, ਯੂਰਪ ਦੇ ਗਿਆਨੀ ਜੀ ਯੂਰਪ ਦੇ ਯਾਤਰਾ ਕਰ ਰਹੇ ਹਨ, ਧਰਮ ਪ੍ਰਚਾਰ ਯਾਤਰਾ, ਤੇ ਅੱਜ ਕੱਲ੍ਹ ਇੰਗਲੈਂਡ ਹਨ। ਯੂਰਪ ਦੇ ਵਿੱਚ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਗਿਆਨੀ ਜੀ ਲਗਭਗ 2 ਮਹੀਨੇ ਸਾਡੇ ਤੋਂ ਗੈਰ ਹਾਜ਼ਰ ਰਹੇ। ਉਹਨਾਂ ਦੇ ਹੁਕਮ ਅਨੁਸਾਰ ਅਸੀਂ ਉਹਨਾਂ ਨੂੰ ਛੁੱਟੀ ਦਿੱਤੀ, ਉਹ ਛੁੱਟੀਆਂ ਕੱਟ ਕੇ ਸਾਡੇ ਕੋਲ ਅੱਜ ਹਾਜ਼ਰ ਹੋਇਆ। ਅੱਜ ਉਹਨਾਂ ਨੂੰ ਅਸੀਂ ਜੀਆਇਆਂ ਵੀ ਆਖਦੇ ਹਾਂ ਅੱਜ ਦੀ ਕਲਾਸ ਵਿੱਚ, ਔਰ ਨਾਲ ਹੀ ਬੇਨਤੀ ਕਰਦੇ ਹਾਂ ਗਿਆਨੀ ਜੀ ਕਿਰਪਾ ਕਰੋ, ਗਾਥਾ ਬਾਣੀ ਦੀ ਆਰੰਭਤਾ ਸਾਡੇ ਨਾਲ ਅੱਜ ਕਰੋ। ਤਦ ਕਿ ਇਹ ਜਿਹੜੇ ਸ਼ਬਦ ਹਨ, ਇਹਦੇ ਵਿੱਚ ਵੀ ਕੁਝ ਕਠਿਨ ਸ਼ਬਦ ਵੀ ਹਨ, ਤੇ ਕਿਉਂਕਿ ਅੱਜ ਸਵੇਰੇ ਮੈਂ ਇਸ ਬਾਣੀ ਦਾ ਪਾਠ ਕੀਤਾ ਆਪ, ਜਿਸ ਦੇ ਕਰਕੇ ਮੈਂ, ਕਿਉਂਕਿ ਅੱਜ ਕਲਾਸ ਵੀ ਸ਼ੁਰੂ ਹੋਣੀ ਸੀ, ਤੇ ਮੈਂ ਕਿਹਾ ਇੱਕ ਵਾਰੀ ਇਹਦਾ ਆਪ ਪਾਠ ਕਰਨਾ ਚਾਹੀਦਾ, ਤੇ ਉਹ ਬਾਣੀ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ, ਜਿਸ ਦੇ ਲਗਭਗ 1 ਤੋਂ ਲੈ ਕੇ 8 ਅੰਕ ਤੱਕ ਇੱਕ ਸਬਜੈਕਟ ਹੈ, ਤੇ 9 ਤੋਂ 24 ਤੱਕ ਇੱਕ ਦੂਜਾ ਸਬਜੈਕਟ ਹੈ। ਪਹਿਲਾ ਸਬਜੈਕਟ ਵੀ ਮਨੁੱਖਾ ਜੀਵਨ ਦੀ ਸਫਲਤਾ ਕਦੋਂ ਹੋਣੀ ਹੈ, ਤੇ ਦੂਜਾ ਸ਼ਬਦ ਹੈ ਜੇ ਉਹ ਪਰਮਾਤਮਾ ਦੀ ਬੰਦਗੀ ਨਾਲ ਹੁੰਦੀ ਹੈ ਤੇ ਉਹ ਦਾਤ ਮਿਲਦੀ ਕਿੱਥੋਂ ਹੈ। ਤੋ ਇਹ ਦੋ ਸਬਜੈਕਟ ਵੱਖਰੇ ਵੱਖਰੇ ਜਿਹੜੇ ਨਾਲ ਜੁੜਦੇ ਹਨ, ਉਹ ਇਸ ਬਾਣੀ ਵਿੱਚ ਸਾਨੂੰ ਮਿਲਣਗੇ। ਤੋ ਗਿਆਨੀ ਜੀ ਬੇਨਤੀ ਕਰਦਾ ਹਾਂ ਆਪ ਜੀ ਨੂੰ, ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਕਿਰਪਾ ਕਰੋ ਜੀ, ਅੱਜ ਦੀ ਬਾਣੀ ਗਾਥਾ ਨੂੰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਿੰਗ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਦੇ ਵਿੱਚ ਹਾਜ਼ਰ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਅਤੇ ਅੱਜ ਦੇ ਸ਼ਬਦ ਦਾ ਪਾਠ ਸਰਵਣ ਕਰ ਲਈਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਹਿਲਾ ਪੰਜਵਾਂ, ਗਾਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ,
ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਪਥ ਗਰਬੇਣ ਅਗਿਆਨਣੋ ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸ਼ਿਖੰਡਣੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿਧਿਅਤੇ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸ਼ਿਖੰਡਣੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿਧਿਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅੱਜ ਦੀ ਇਸ ਨਵੀਂ ਬਾਣੀ ਦੀ ਆਰੰਭਤਾ ਅਸੀਂ ਕਰਨ ਜਾ ਰਹੇ ਹਾਂ ਤੇ ਇਸ ਬਾਣੀ ਦਾ ਨਾਮ ਹੈ ਗਾਥਾ। ਤੇ ਗਾਥਾ ਅਸਲ ਦੇ ਵਿੱਚ ਇੱਕ ਬੋਲੀ ਹੈ, ਇੱਕ ਪ੍ਰਾਚੀਨ ਪ੍ਰਾਕ੍ਰਿਤਿਕ ਭਾਸ਼ਾ ਹੈ। ਇਸ ਭਾਸ਼ਾ ਦੇ ਵਿੱਚ ਸੰਸਕ੍ਰਿਤ, ਪਾਲੀ ਤੇ ਹੋਰ ਅਨੇਕਾਂ ਬੋਲੀਆਂ ਦੇ ਸ਼ਬਦ ਮਿਲਦੇ ਨੇ। ਮਹਾਤਮਾ ਬੁੱਧ ਨਾਲ ਸੰਬੰਧਿਤ ਜਿਹੜੇ ਗ੍ਰੰਥ ਆਦਿਕ ਹਨ, ਲਲਿਤ ਵਿਸਤਰ ਆਦਿਕ ਜਿਹੜੇ ਨੇ, ਬਹੁਤ ਧਰਮ ਦੇ ਗ੍ਰੰਥ ਉਹ ਇਸੇ ਭਾਸ਼ਾ ਵਿੱਚ ਲਿਖੇ ਹੋਏ ਹਨ। ਸੰਸਕ੍ਰਿਤੀ ਸਲੋਕਾਂ ਦੇ ਵਿੱਚ ਵੀ ਸਾਨੂੰ ਇਹਦੇ ਸ਼ਬਦ ਕਾਫੀ ਮਿਲ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਾਚੀਨ ਜਿਹੜੀ ਪ੍ਰਾਕ੍ਰਿਤਿਕ ਭਾਸ਼ਾ ਵਾਲੀ ਬੋਲੀ ਸੀ, ਪ੍ਰਾਕ੍ਰਿਤਿਕ ਜਿਹੜੀ ਭਾਸ਼ਾ ਸੀ ਜਾਂ ਬੋਲੀ ਸੀ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਉਪਦੇਸ਼ ਕੀਤਾ। ਔਖੇ ਸ਼ਬਦ ਅਸੀਂ ਦੇਖ ਲਈਏ ਜੀ, ਕਰਪੂਰ, ਕਰਪੂਰ ਮੈਨੇ ਕਾਫੂ, ਜਿਹਨੂੰ ਕਪੂਰ ਵੀ ਕਹਿੰਦੇ ਹਾਂ ਅਸੀਂ, ਸੁਗੰਧੀ ਵਾਲੀ ਇੱਕ ਚੀਜ਼ ਹੁੰਦੀ ਹੈ। ਪੋਹਪ ਇਹ ਪੁਸ਼ਪ ਤੋਂ ਬਣੇ ਆ, ਪੁਸ਼ਪ ਮੈਨੇ ਫੁੱਲ। ਪਰਸ ਮੈਨੇ ਪਰਸ ਕੇ ਛੂ ਕੇ, ਮੱਝਾਂ ਮੱਝਾਂ ਮੈਨੇ ਮਿੱਝ, ਜਿਹਨੂੰ ਅਸੀਂ ਮੈਰੋ ਕਹਿ ਦਿੰਦੇ ਹਾਂ, ਬੋਨ ਮੈਰੋ ਵਗੈਰਾ। ਮਲੀਣੰਗ ਮਲੀਣੰਗ ਮੈਨੇ ਮਲੀਨ, ਮੈਲੀ। ਗਰਬੇਣ ਗਰਬੇਣ ਮੈਨੇ ਹੰਕਾਰ। ਅਗਿਆਨਣੋ ਮੈਨੇ ਅਗਿਆਨੀ ਮਨੁੱਖ। ਅੱਥ ਅੱਥ ਮੈਨੇ ਫਿਰ ਵੀ। ਸਤਿਗੁਰੂ ਪਾਤਸ਼ਾਹ ਹੁਣ ਸਾਡੇ ਜੀਵਾਂ ਤੇ ਅੱਜ ਮਿਹਰਾਮਤ ਕਰ ਰਹੇ ਨੇ। ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ। ਮਨੁੱਖ ਦੇ ਖੱਖੇ ਦੇ ਪੈਰ ਚ ਅੱਧਾ ਯਈਆ ਹੈ, ਇਹਨੂੰ ਮਨੁੱਖ ਪਾਠ ਕਰਨਾ ਹੈ। ਇਸ ਤਰ੍ਹਾਂ ਦੇਹੰ ਮਲੀਣੰ ਆਖਰੀ ਟਿੱਪੀ ਜਿਹੜੀ ਉਹ ਉਚਾਰਨ ਇਸ ਤਰ੍ਹਾਂ ਹੋਏਗੀ। ਮਨੁੱਖ ਦਾ ਜਿਹੜਾ ਸਰੀਰ ਹੈ ਨਾ, ਜਿਹਦੇ ਉੱਤੇ ਮਨੁੱਖ ਕਿੰਨਾ ਹੀ ਮਾਣ ਕਰਦਾ ਹੈ, ਮੇਰਾ ਸਰੀਰ, ਉਹਨਾਂ ਨੂੰ ਸਜਾ ਸਜਾ ਕੇ ਰੱਖਦਾ ਹੈ, ਸੋਹਣੇ ਰੇਸ਼ਮੀ ਕੱਪੜੇ ਪਹਿਨ ਕੇ, ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਉਹਨੂੰ ਸਜਾਉਂਦਾ ਹੈ, ਜਿਊਲਰੀ ਪਹਿਨਦਾ ਹੈ। ਔਰ ਜਿਸ ਸਿਰ ਨੂੰ ਸਰੀਰ ਨੂੰ ਇੰਨਾ ਸਜਾਇਆ ਜਾਂਦਾ ਹੈ, ਉਸ ਸਰੀਰ ਵਿੱਚ ਲਹੂ ਕਿੰਨਾ ਹੈ,
ਜਿਹਦੇ ਤੇ ਮਾਣ ਕਰ ਰਿਹਾ, ਮਨੁੱਖ ਨੂੰ ਪਤਾ ਨਹੀਂ। ਜਿਸ ਸਰੀਰ ਦਾ ਮੈਨੂੰ ਮਾਣ ਹੈ ਇਹਦੇ ਅੰਦਰ ਹੱਡੀਆਂ ਕਿੰਨੀਆਂ ਨੇ ਇਹ ਪਤਾ ਨਹੀਂ। ਜਿਹੜਾ ਮੈਂ ਸੋਨੇ ਦਾ ਕੜਾ ਪਾਇਆ ਹੈ, ਜਿਹੜੀ ਮੈਂ ਸੋਨੇ ਦੀ ਮੁੰਦਰੀ ਪਾਈ ਹੈ, ਉਹਦਾ ਕਿੰਨਾ ਵੇਟ ਹੈ ਉਹ ਤੇ ਮੈਨੂੰ ਪਤਾ ਹੈ ਵੀ ਇੰਨੇ ਤੋਲੇ ਦਾ ਮੇਰਾ ਕੜਾ ਹੈ, ਇੰਨੇ ਤੋਲੇ ਦੀ ਮੇਰੀ ਮੁੰਦਰੀ ਹੈ, ਇੰਨੇ ਤੋਲੇ ਦੇ ਮੈਂ ਹਾਰ ਪਾਏ ਨੇ। ਸੋਨਾ ਜਿਹੜਾ ਸਰੀਰ ਦੇ ਉੱਪਰ ਪਹਿਨੇ ਆ ਉਹ ਤੇ ਪਤਾ ਹੈ, ਪਰ ਜਿਸ ਬਾਂਹ ਦੇ ਉੱਪਰ ਇੰਨੇ ਤੋਲੇ ਦਾ ਸੋਨਾ ਪਾਇਆ, ਉਸ ਬਾਂਹ ਦੇ ਅੰਦਰ ਹੱਡੀਆਂ ਕਿੰਨੀਆਂ ਨੇ, ਉਸ ਸਰੀਰ ਦੇ ਅੰਦਰ ਹੱਡੀਆਂ ਕਿੰਨੀਆਂ ਨੇ। ਮਾਣ ਤੇ ਬੜੇ ਸਰੀਰ ਤੇ, ਪਰ ਇਹਦੇ ਅੰਦਰ ਹੈ ਕੀ ਉਹਦੇ ਬਾਰੇ ਪਤਾ ਹੈ? ਅਸੀਂ ਬੋਲਦੇ ਹਾਂ, ਦੇਖੋ ਆਵਾਜ਼ ਨਿਕਲਦੀ ਹੈ, ਪਰ ਸਾਨੂੰ ਆਵਾਜ਼ ਨਾਲ ਬੜਾ ਪਿਆਰ ਹੈ। ਕੋਈ ਮਿੱਠੀ ਸੁਰੀਲੀ ਆਵਾਜ਼ ਵਿੱਚ ਗਾਏ, ਅਸੀਂ ਕਿੰਨਾ ਚਿਰ ਸੁਣਦੇ ਰਹਿੰਦੇ ਹਾਂ। ਕੋਈ ਗਾਏ, ਕੋਈ ਸਿੰਗਰ ਜਦੋਂ ਮਿੱਠੀ ਆਵਾਜ਼ ਵਿੱਚ ਗਾਇਨ ਕਰਦੇ ਨੇ, ਅਸੀਂ ਇੱਕ ਟੱਕ ਮੰਤਰ ਮੁਗਧ ਹੋ ਕੇ ਉਹਦੀ ਆਵਾਜ਼ ਸੁਣਦੇ ਹਾਂ, ਤਾਂ ਇਹ ਮਿੱਠੀ ਆਵਾਜ਼ ਆਉਂਦੀ ਕਿੱਥੋਂ ਹੈ? ਗਲੇ ਵਿੱਚ ਐਸੀ ਕਿਹੜੀ ਚੀਜ਼ ਫਿੱਟ ਹੈ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ? ਕੀ ਪਤਾ ਹੈ ਸਾਨੂੰ? ਲੋਕ ਲਜ਼ੀਜ਼ ਪਕਵਾਨ ਖਾਂਦੇ ਨੇ, ਇੱਕ ਤੋਂ ਇੱਕ ਲਜ਼ੀਜ਼ ਚੀਜ਼, ਸਬਜ਼ੀਆਂ, ਮਿਠਾਈਆਂ, ਇੱਕ ਤੋਂ ਇੱਕ ਲਜ਼ੀਜ਼ ਪਕਵਾਨ। ਉਹ ਜਿਹੜਾ ਭੋਜਨ ਹੈ ਸਾਡੀ ਜੀਭ ਨੂੰ ਸਵਾਦ ਕਿਉਂ ਲੱਗਦਾ ਹੈ? ਜੀਭ ਉੱਪਰ ਕਿਹੜੀ ਚੀਜ਼ ਹੈ ਜਿਹਦੇ ਕਰਕੇ ਅਸੀਂ ਸਵਾਦ ਨੂੰ ਮਾਣਦੇ ਹਾਂ? ਅਸੀਂ ਕੁਦਰਤ ਨੂੰ ਦੇਖਦੇ ਹਾਂ ਕਿੰਨੇ ਖੁਸ਼ ਹੋ ਜਾਂਦੇ ਹਾਂ, ਬਰਫ਼ਾਂ ਲੱਦੇ ਪਹਾੜ, ਹਸੀਨ ਵਾਦੀਆਂ, ਕਲ ਕਲ ਵਹਿੰਦੇ ਹੋਏ ਝਰਨੇ, ਰੰਗ ਬਿਰੰਗੀਆਂ ਤਿਤਲੀਆਂ, ਸੋਹਣੇ ਪੰਛੀ, ਕਿੰਨਾ ਸੁੰਦਰ ਅਸੀਂ ਸੀਨ ਦੇਖਦੇ ਹਾਂ ਕੁਦਰਤ ਦਾ। ਪਰ ਜਿੰਨਾ ਅੱਖਾਂ ਨਾਲ ਦੇਖਦੇ ਹਾਂ, ਉਹਨਾਂ ਅੱਖਾਂ 'ਚ ਐਸੀ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕੁਦਰਤ ਦੇ ਇੰਨੇ ਸੋਹਣੇ ਰੰਗ ਦਿਖਾ ਰਹੀ ਹੈ? ਕਿੰਨਾ ਕੁਛ ਹੈ ਸਾਡੇ ਸਰੀਰ ਦੇ ਵਿੱਚ, ਕਿੰਨੀਆਂ ਮਸ਼ੀਨਾਂ ਨਿਰੰਤਰ ਚੱਲ ਰਹੀਆਂ ਨੇ, ਸਾਹ ਲੈ ਰਹੇ ਹਾਂ, ਅੰਦਰ ਹਵਾ ਸਾਫ਼ ਹੋ ਰਹੀ ਹੈ, ਅੰਦਰ ਖੂਨ ਸਾਫ਼ ਹੋ ਰਿਹਾ ਹੈ, ਕਿੰਨਾ ਕੁਛ ਅਸੀਂ ਦੰਦਾਂ ਨਾਲ ਚਬਾ ਕੇ ਅੰਦਰ ਲੈ ਕੇ ਜਾਂਦੇ ਹਾਂ, ਕਿੰਨਾ ਕੁਛ ਚੱਲ ਰਿਹਾ ਹੈ। ਮਨੁੱਖ ਜਿਹੜਾ ਹੈ ਬੜੀ ਇੱਕ ਅਦਭੁਤ ਚੀਜ਼ ਹੈ, ਮਨੁੱਖੀ ਸਰੀਰ ਬੜਾ ਹੈਰਾਨੀਜਨਕ ਇੱਕ ਐਸੀ ਮਸ਼ੀਨ ਹੈ ਜਿਸ ਮਸ਼ੀਨ ਬਾਰੇ ਅੱਜ ਤੱਕ ਕੋਈ ਪੂਰੀ ਤਰ੍ਹਾਂ ਜਾਣ ਹੀ ਨਹੀਂ ਸਕਿਆ। ਔਰ ਹਰ ਚੀਜ਼ ਮਾਲਕ ਨੇ ਬੜੀ ਥਾਂ ਸਿਰ ਫਿੱਟ ਕੀਤੀ ਹੈ। ਇਸ ਸਰੀਰ ਦਾ ਜ਼ਿਕਰ ਕੀਤਾ ਹੈ ਅੱਜ ਪਹਿਲੇ ਸ਼ਲੋਕ ਵਿੱਚ ਅਰਜਨ ਦੇਵ ਪਾਤਸ਼ਾਹ ਨੇ। ਇਹ ਸਰੀਰ ਹੈ ਕੀ ਜਿਹਦੇ ਉੱਪਰ ਇੰਨੀਆਂ ਸੁਗੰਧੀਆਂ ਲਾਈਆਂ ਜਾਂਦੀਆਂ ਨੇ? ਦੇਖੋ ਇੱਕ ਤੇ ਇੱਕ ਸੁਗੰਧੀ ਹੈ, ਕਪੂਰ ਹੈ, ਕਪੂਰ ਦੀ ਸੁਗੰਧੀ, ਫੁੱਲਾਂ ਦੀ ਸੁਗੰਧੀ ਜਿਨ੍ਹਾਂ ਦੇ ਪਰਫਿਊਮ ਬਣਦੇ ਨੇ, ਉਹਨਾਂ ਪਰਫਿਊਮ ਨੂੰ ਤੁਸੀਂ ਕੱਪੜਿਆਂ ਦੇ ਉੱਪਰ ਲਗਾ ਕੇ ਉਹਨਾਂ ਕੱਪੜਿਆਂ ਨੂੰ ਤੁਸੀਂ ਆਪਣੇ ਅਲਮਾਰੀ ਦੇ ਵਿੱਚ ਟੰਗ ਦਿਓ, ਕੱਪੜ ਦੇ ਵਿੱਚ ਅੰਦਰ ਸਾਂਭ ਕੇ ਰੱਖ ਲਓ, ਇੱਕ ਹਫਤੇ ਬਾਅਦ ਕੱਢ ਕੇ ਦੇਖੋਗੇ ਉਸੇ ਤਰ੍ਹਾਂ ਹੀ ਫ੍ਰੈਗਰੈਂਸ, ਉਸੇ ਤਰ੍ਹਾਂ ਹੀ ਸੁਗੰਧੀ। ਕਮਾਲ ਹੈ ਨਾ ਕਿ ਉਹਨਾਂ ਬਸਤਰਾਂ ਦੇ ਉੱਪਰ, ਉਹਨਾਂ ਕੱਪੜਿਆਂ ਦੇ ਉੱਪਰ ਪਰਫਿਊਮ ਲਗਾਈ, ਹਫਤਾ ਹਫਤਾ ਬਾਅਦ ਵੀ ਤੁਸੀਂ ਕੱਢ ਕੇ ਕੱਪੜੇ ਦੇਖਦੇ ਹੋ ਕਿੰਨੀ ਸੁਗੰਧੀ ਹੈ। ਪਰ ਜਦੋਂ ਉਹਨਾਂ ਕੱਪੜਿਆਂ ਨੂੰ ਅਸੀਂ ਸਰੀਰ ਦੇ ਉੱਪਰ ਪਹਿਨ ਲੈਂਦੇ ਹਾਂ, ਜਦੋਂ ਤਨ ਦੇ ਨਾਲ ਛੋ ਜਾਂਦੇ ਨੇ ਕੱਪੜੇ, ਤੇ ਇਸ ਤਨ ਦੀ ਬਦਬੂ ਐਸੀ ਹੈ ਕਿ ਕੁਝ ਘੰਟਿਆਂ ਮਿੰਟਾਂ ਦੇ ਵਿੱਚ ਤਨ ਦੀ ਬਦਬੂ ਉਹਨਾਂ ਕੱਪੜਿਆਂ ਦੇ ਉੱਪਰ ਲੱਗੀ ਸੁਗੰਧੀ ਨੂੰ ਵੀ ਮਾਰ ਕੇ ਰੱਖ ਦਿੰਦੀ ਹੈ, ਉਸ ਸੁਗੰਧੀ ਨੂੰ ਵੀ ਖਤਮ ਕਰ ਦਿੰਦੀ ਹੈ। ਜਿਹੜੀ ਸੁਗੰਧੀ, ਜਿਹੜੀ ਫ੍ਰੈਗਰੈਂਸ ਹਫਤਾ ਭਰ ਕੱਪੜਿਆਂ ਦੇ ਵਿੱਚ ਰਹੀ, ਜਦੋਂ ਉਹਨਾਂ ਕੱਪੜਿਆਂ ਨੂੰ ਪਹਿਨ ਲਿਆ, ਦੋਵਾਂ ਚੋਵਾਂ ਅੱਠਾਂ ਦਸਾਂ ਘੰਟਿਆਂ ਦੇ ਵਿੱਚ ਸਰੀਰ ਦੀ ਬਦਬੂ ਨੇ ਉਸ ਸੁਗੰਧੀ ਨੂੰ ਵੀ ਮਾਰ ਦਿੱਤਾ। ਬਲਕਿ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ ਕਿ ਦਿਨ ਰਾਤ ਸਵੇਰ ਸ਼ਾਮ ਸਾਰਾ ਦਿਨ 24 ਘੰਟੇ ਸਰੀਰ ਵਿੱਚੋਂ ਬਦਬੂ ਨਿਕਲਦੀ ਰਹਿੰਦੀ ਹੈ, ਨਿਕਲਦੀ ਰਹਿੰਦੀ ਹੈ, ਇੱਕ ਦੀ ਰੁਕਦੀ ਨਹੀਂ ਹੈ, ਹਮੇਸ਼ਾ ਨਿਕਲਦੀ ਹੀ ਰਹਿੰਦੀ ਹੈ। ਬਸ ਮਨੁੱਖ ਕਿਸੇ ਤਰੀਕੇ ਨੂੰ ਟੱਕੀ ਬੈਠਾ ਹੈ, ਕਿਸੇ ਤਰੀਕੇ ਨੂੰ ਸਾਫ਼ ਸੁਥਰਾ ਕਰ ਦਿੰਦਾ ਹੈ, ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕੀਤਾ,
ਸੁਗੰਧੀਆਂ ਵਾਲੇ ਸਾਬਣ ਲਗਾਏ, ਸੋਹਣੇ ਸੁਗੰਧੀਆਂ ਵਾਲੇ ਇਹਨੇ ਆਪਣੇ ਸਰੀਰ ਦੇ ਉੱਪਰ ਜੈਲ ਲਗਾਏ, ਇੱਕ ਤੋਂ ਇੱਕ ਸੁਗੰਧੀ ਵਾਲੀ ਚੀਜ਼ ਲਗਾਈ, ਕੱਪੜੇ ਵੀ ਪਾਏ ਤਾਂ ਵੀ ਉੱਪਰ ਪਰਫਿਊਮ ਲਗਾ ਲਏ, ਡੀਓਡੈਂਟ ਲਗਾਏ, ਕਿੰਨਾ ਕੁਛ ਲਗਾਇਆ ਤਾਂ ਕਿ ਬਦਬੂ ਟੱਕੀ ਰਹੇ। ਰੋਜ਼ ਮਨੁੱਖ ਸਾਫ਼ ਕਰਦਾ ਹੈ, ਰੋਜ਼ ਸਰੀਰ ਦੀ ਸਫਾਈ ਕਰਦਾ ਹੈ ਤਾਂ ਕਿ ਬਦਬੂ ਜਿਹੜੀ ਦੂਸਰੇ ਤੱਕ ਪਹੁੰਚ ਨਾ ਜਾਏ, ਪਰ ਦਿਨ ਰਾਤ ਦੁਰਗੰਧ ਜਿਹੜੀ ਸਰੀਰ ਚੋਂ ਨਿਕਲਦੀ ਰਹਿੰਦੀ ਹੈ, ਤਨ ਉੱਪਰ ਲਗਾਈਆਂ ਸੁਗੰਧੀਆਂ ਨੂੰ ਵੀ ਖਤਮ ਕਰ ਦਿੰਦੀ ਹੈ। ਇਹ ਤੇ ਮਨੁੱਖ ਕਿਸੇ ਤਰੀਕੇ ਸਿਰ ਬਦਬੂ ਨੂੰ ਟੱਕੀ ਬੈਠਾ ਹੈ ਜਿੰਨਾ ਚਿਰ ਜਿਉਂਦਾ ਹੈ। ਜਦੋਂ ਸਾਹ ਨਿਕਲ ਜਾਂਦੇ ਨੇ, ਮੁਰਦਾ ਉਸ ਦੁਰਗੰਧ ਨੂੰ ਢੱਕ ਨਹੀਂ ਸਕਦਾ, ਫਿਰ ਉਹਦੀ ਦੁਰਗੰਧ ਫੈਲ ਜਾਂਦੀ ਹੈ। ਮੁਰਦਾ ਜਿਹੜਾ ਹੈ, ਲਾਸ਼ ਤੋਂ ਦੁਰਗੰਧ ਆ ਰਹੀ ਹੈ, ਆਪ ਤੇ ਜਿਉਂਦਿਆਂ ਵੀ ਰਹੀ ਸੀ, ਪਰ ਜਿਉਂਦਿਆਂ ਕਿਸੇ ਨਾ ਕਿਸੇ ਤਰੀਕੇ ਟੱਕੀ ਰੱਖਿਆ, ਸਾਂਭੀ ਰੱਖਿਆ, ਪਰ ਜਦੋਂ ਮੌਤ ਹੋ ਗਈ, ਹੁਣ ਇਸ਼ਨਾਨ ਨਹੀਂ ਕਰ ਸਕਦਾ, ਪਰਫਿਊਮ ਨਹੀਂ ਲਗਾ ਸਕਦਾ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਨਹੀਂ ਲਗਾ ਸਕਦਾ, ਹੁਣ ਬਦਬੂ ਦੁਨੀਆ ਸਾਹਮਣੇ ਪ੍ਰਗਟ ਹੋ ਗਈ, ਜਿਹੜਾ ਆਉਂਦਾ ਮੂੰਹ ਉੱਪਰ ਕੱਪੜਾ ਰੱਖ ਲੈਂਦਾ ਹੈ। ਕਪੂਰ ਦੀ ਸੁਗੰਧੀ ਹੈ, ਫੁੱਲਾਂ ਦੀ ਸੁਗੰਧ ਹੈ, ਕਿੰਨੇ ਤਰ੍ਹਾਂ ਦੇ ਪਰਫਿਊਮ ਨੇ, ਕਰਪੂਰ ਪਉਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ, ਜਿਹਨੂੰ ਸਪਰਸ਼ ਕੀਤਾ ਮਨੁੱਖੀ ਸਰੀਰ ਦੇ ਨਾਲ, ਇਹ ਦੇਹ ਇੰਨੀ ਮਲੀਨ ਹੈ, ਦੇਹ ਨੇ ਉਹਨਾਂ ਨੂੰ ਵੀ ਮਲੀਨ ਕਰ ਦਿੱਤਾ, ਉਹ ਵੀ ਮਲੀਨ ਹੋ ਗਏ। ਜਦੋਂ ਪਰਸ ਮੈਨੇ ਸਪਰਸ਼ ਕੀਤਾ, ਜਦੋਂ ਛੂ ਲਿਆ, ਪਰਸ ਮਨੁੱਖ ਦੇਹੰ ਮਲੀਣੰ, ਮਨੁੱਖ ਦੇ ਸਰੀਰ ਨੂੰ ਛੋ ਕੇ ਇਹ ਸਾਰੀਆਂ ਸੁਗੰਧੀਆਂ ਵੀ ਮੈਲੀਆਂ ਹੋ ਗਈਆਂ, ਇਹ ਸੁਗੰਧੀਆਂ ਵੀ ਜਿਹੜੀਆਂ ਖਰਾਬ ਹੋ ਗਈਆਂ। ਕਿੰਨਾ ਕੁਛ ਹੈ ਯਾਦ ਰੱਖਿਓ, ਮਨੁੱਖ ਦਾ ਸਰੀਰ ਬੜੀ ਅਦਭੁਤ ਚੀਜ਼ ਹੈ। ਕੀ ਸੀ ਅੱਜ, ਕੀ ਹੈ ਕੱਲ ਨੂੰ, ਕੀ ਹੋ ਜਾਏਗਾ, ਮਿੱਟੀ ਤੋਂ ਬਣਿਆ ਸੀ, ਮਿੱਟੀ ਦਾ ਹੀ ਪੁਤਲਾ, ਇਹਦੇ ਵਿੱਚ ਜੀਵਨ ਚੱਲਦਾ ਰਿਹਾ, ਜੀਵਨ ਖਤਮ ਹੋਇਆ, ਫਿਰ ਮਿੱਟੀ 'ਚ ਮਿਲ ਗਿਆ। ਕਬੀਰ ਮਾਟੀ ਕੇ ਹਮ ਪੂਤਰੇ, ਮਿੱਟੀ ਦਾ ਪੁਤਲਾ ਸੀ ਨਾ, ਉਹਦੇ 'ਚ ਰੱਖ ਦਿੱਤਾ, ਮਨ ਤੇ ਨਾਂ ਪੈ ਗਿਆ ਮਾਨਸ, ਮਾਨੁੱਖ, ਮਾਨਵ। ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਓ, ਚਾਰ ਦਿਵਸ ਕੇ ਪਹੁਨੇ, ਵੱਧ ਵੱਧ ਰੂੰਦੇ ਠਾਓ। ਚਾਰ ਦਿਨ ਦਾ ਪਰਾਉਣਾ, ਵੱਧ ਤੋਂ ਵੱਧ ਥਾਂ ਘੇਰਦਾ ਹੈ, ਵੱਧ ਤੋਂ ਵੱਧ ਮਿੱਟੀ ਘੇਰਦਾ ਹੈ, ਮਿੱਟੀ ਦਾ ਪੁਤਲਾ ਸੀ, ਮਿੱਟੀ ਘੇਰੇਗਾ ਨਾ। ਦੇਖੋ ਮੂਲ ਕੀ ਹੈ ਬੰਦੇ ਦਾ, ਮੁੱਢ ਕੀ ਹੈ ਤੇ ਬਣ ਕੀ ਗਿਆ, ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਤਰੀ। ਮਾਂ ਦੀ ਰਕਤ ਹੈ, ਪਿਤਾ ਦੀ ਬਿੰਦ ਧਾਰਾ ਹੈ, ਸਰੀਰ ਸੋਹਣਾ ਬਣ ਗਿਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰ ਆਪਾਰਾ, ਜੋਤ ਦਾਤ ਜੀਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਇਸ ਮਿੱਟੀ ਦੀ ਕਿੰਨੀ ਸੋਹਣੀ ਮੂਰਤੀ ਬਣਾ ਦਿੱਤੀ, ਕਿੰਨਾ ਸੋਹਣਾ ਮਾਲਕ ਨੇ ਸਰੀਰ ਬਣਾ ਦਿੱਤਾ, ਮੂਲ ਕੀ ਸੀ ਤੇ ਬਣਾ ਕੀ ਦਿੱਤਾ। ਮੂਲ ਤੇ ਉਹ ਸੀ ਕਿ ਜਿਹੜਾ ਮਾਈਕਰੋਸਕੋਪ ਨਾਲ ਦੇਖਿਆ ਨਹੀਂ ਸੀ ਜਾ ਸਕਦਾ, ਤੇ ਹੁਣ ਏਡਾ ਖੂਬਸੂਰਤ ਹੈ। ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਔਰ ਕਿੰਨਾ ਸੋਹਣਾ ਬਣਾਇਆ, ਕਿੰਨਾ ਵਧੀਆ ਬਣਾਇਆ ਸਰੀਰ ਨੂੰ, ਹਰ ਚੀਜ਼ ਥਾਂ ਟਿਕਾਣੇ ਸਿਰ ਹੈ, ਸਾਰੇ ਨੈਣ ਅੰਗ ਥਾਂ ਟਿਕਾਣੇ ਸਿਰ ਲਗਾ ਕੇ ਰੱਖੇ ਨੇ। ਸੋਚ ਕੇ ਦੇਖੋ, ਜੇ ਇਹ ਥਾਂ ਟਿਕਾਣੇ ਸਿਰ ਨਾ ਹੁੰਦੇ ਸਰੀਰ ਦੇ ਅੰਗ, ਤੇ ਅਸੀਂ ਕਿੱਦਾਂ ਦੇ ਲੱਗਣਾ ਸੀ। ਨੱਕ ਥੋੜਾ ਜਿਹਾ ਟੇਢਾ ਹੋ ਜਾਏ, ਚਿਹਰੇ ਦੀ ਖੂਬਸੂਰਤੀ ਮਰ ਜਾਂਦੀ ਹੈ। ਕਿਸਾ ਬੱਚੇ ਦੇ ਜੰਮਦੇ ਦੀ ਅੱਖ ਥੋੜੀ ਜਿਹੀ ਟੇਢੀ ਹੋਵੇ, ਉਹ ਦੇਖਣ ਨੂੰ ਬੜਾ ਬਦਸੂਰਤ ਲੱਗਣ ਲੱਗ ਜਾਂਦਾ ਹੈ। ਕਿੰਨੇ ਥਾਂ ਟਿਕਾਣੇ ਸਿਰ ਅੱਖਾਂ ਨੇ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਥੋੜੀ ਜਿਹੀ ਅੱਖ ਟੇਢੀ ਹੋ ਜਾਏ ਬੰਦਾ ਬਦਸੂਰਤ ਲੱਗਣ ਲੱਗ ਜਾਂਦਾ ਹੈ, ਥੋੜਾ ਨੱਕ ਟੇਢਾ ਹੋ ਜਾਏ ਬਦਸੂਰਤ ਲੱਗਣ ਲੱਗ ਜਾਂਦਾ ਹੈ। ਕਦੇ ਅੰਦਾਜ਼ਾ ਲਗਾ ਕੇ ਦੇਖੋ, ਅੱਖਾਂ ਦੀ ਥਾਂ ਤੇ ਕੰਨ ਲੱਗੇ ਹੁੰਦੇ ਤੇ ਬੰਦਾ ਕਿਹੋ ਜਿਹਾ ਲੱਗਦਾ, ਕੰਨਾਂ ਦੀ ਥਾਂ ਤੇ ਅੱਖਾਂ ਲੱਗੀਆਂ ਹੁੰਦੀਆਂ ਫਿਰ ਕਿੱਦਾਂ ਦਾ ਲੱਗਦਾ।
ਨੱਕ ਬੁੱਲ ਦੇ ਥੱਲੇ ਪਾਸੇ ਲੱਗਿਆ ਹੁੰਦਾ ਤੇ ਮਨੁੱਖ ਕਿੱਦਾਂ ਦਾ ਲੱਗਣਾ ਸੀ, ਸ਼ਕਲ ਕਿਵੇਂ ਦੇਣੀ ਸੀ? ਜੇ ਇੱਕ ਬਾਹ ਗੋਡੇ ਤੇ ਲੱਗੀ ਹੋਵੇ, ਦੂਜੀ ਸਿਰ ਤੇ ਲੱਗੀ ਹੋਵੇ, ਤੇ ਕਿੱਦਾਂ ਦਾ ਰੂਪ ਹੋਣਾ ਸੀ? ਹਰ ਚੀਜ਼ ਥਾਂ ਟਿਕਾਣੇ ਸੇ ਰਹੇ ਨਾ। ਰਮਈਆ ਕੇ ਗੁੰਚੇਤ ਪ੍ਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਭਾਰਿਆ, ਜਿਹਨੇ ਸਵਾਰ ਕੇ ਸ਼ਿੰਗਾਰਿਆ, ਸੋਹਣਾ ਬਣਾਇਆ ਸਰੀਰ ਨੂੰ, ਬਣਾਇਆ ਉੱਪਰ ਚਿੱਟੀ ਮਿੱਟੀ ਦਾ ਪੋਚਾ ਲਾ ਦਿੱਤਾ। ਜੇ ਚਿੱਟੀ ਮਿੱਟੀ ਦਾ ਪੋਚਾ ਨਾ ਲਾਇਆ ਹੁੰਦਾ ਤੇ ਜੋ ਕੁਝ ਨੂੰ ਉਸ ਪੇਟ ਚ ਨਜ਼ਰ ਆਉਂਦਾ ਤੇ ਆਪਣੇ ਸਰੀਰ ਨੂੰ ਆਪ ਹੀ ਦੇਖ ਕੇ ਰੋਟੀ ਨਾ ਖਾ ਪਾਉਂਦਾ। ਕਬੀਰ, ਗਰਭ ਨਾ ਕੀਜੀਐ ਚਾਮ ਲਪੇਟੇ ਹਾੜ, ਇਹਨਾਂ ਚਮੜੀ ਨੇ ਹੱਡਾਂ ਨੂੰ ਲਪੇਟ ਕੇ ਰੱਖਿਆ, ਅੰਦਰ ਕੀ ਹੈ? ਮਜਾ ਰੁਦਰ ਦੁਰਗੰਧਾ, ਕਿੰਨਾ ਕੁਛ ਅੰਦਰ ਵੇ। ਜੇ ਮਨੁੱਖ ਨੂੰ ਕਿਤੇ ਨਜ਼ਰ ਆਉਂਦਾ ਹੁੰਦਾ ਸਾਰਾ ਕੁਛ, ਜੋ ਭੋਜਨ ਖਾ ਰਿਹਾ ਇਹਦੇ ਪੇਟ ਚ ਜਾ ਰਿਹਾ, ਭੋਜਨ ਵਿੱਚੋਂ ਖੂਨ ਬਣ ਰਿਹਾ ਹੈ, ਭੋਜਨ ਦੇ ਵਿੱਚੋਂ ਮਲ ਬਣ ਰਿਹਾ, ਜੇ ਸਾਰਾ ਕੁਝ ਨਜ਼ਰ ਆਉਂਦਾ ਹੁੰਦਾ, ਆ ਬਾਹਰੋਂ ਚਿੱਟੀ ਚਮੜੀ ਦਾ ਪੋਚਾ ਨਾ ਲੱਗਿਆ ਹੁੰਦਾ ਤੇ ਮਨੁੱਖ ਆਪਣੇ ਸਰੀਰ ਨੂੰ ਦੇਖ ਕੇ ਰੋਟੀ ਵੀ ਨਾ ਖਾ ਸਕਦਾ। ਤੇ ਚਿੱਟੀ ਚਮੜੀ ਦਾ ਪੋਚਾ ਲਾ ਕੇ ਸਭ ਕੁਝ ਢੱਕ ਦਿੱਤਾ ਤੇ ਹੁਣ ਮਨੁੱਖ ਕਿੱਡਾ ਹੰਕਾਰ ਕਰਦਾ ਹੈ, ਕੋਈ ਮੇਰੇ ਵਰਗਾ ਸੁੰਦਰ? ਭਗਤ ਕਬੀਰ ਜੀ ਆਖਦੇ ਨੇ ਹੰਕਾਰ ਨਾ ਕਰੀ। ਕਬੀਰ, ਗਰਭ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ, ਹੰਕਾਰ ਨਾ ਕਰੀ। ਜੇ ਉਹਨੇ ਪੇਟ ਦਾ ਪਰਦਾ ਲਗਾਇਆ ਹੈ ਤਾਂ ਕਿ ਤੇਰੇ ਅੰਦਰ ਅੰਤੜੀਆਂ ਬਚੀਆਂ ਰਹਿਣ, ਅੰਦਰ ਦਾ ਤੂੰ ਨਜ਼ਰ ਨਾ ਆਏ, ਦੇਖੋ ਪ੍ਰਭੂ ਨੇ ਕਿੰਨੇ ਤਰੀਕੇ ਦੇ ਨਾਲ ਪੂਰੇ ਸਰੀਰ ਦੀ ਸੰਭਾਲ ਕੀਤੀ। ਪੇਟ ਵਿੱਚ ਸਿਰਫ ਅੰਤੜੀਆਂ ਨੇ ਔਰ ਸਿਰਫ ਪੇਟ ਇੱਕ ਪਰਦਾ ਲਗਾਇਆ ਮਾਸ ਦਾ, ਪਰ ਦਿਲ ਬਹੁਤ ਕੀਮਤੀ ਹੈ, ਬੜਾ ਕੀਮਤੀ ਹੈ ਦਿਲ, ਜਿਹੜਾ ਰੋਜ਼ ਸਾਡੇ ਲਹੂ ਨੂੰ ਪੰਪ ਕਰਦਾ ਹੈ, 1 ਮਿੰਟ ਚ 72 ਵਾਰ ਧੜਕਦਾ ਹੈ ਤੇ 70 ਮਿਲੀਲੀਟਰ ਲਹੂ 1 ਵਾਰ ਪੰਪ ਕਰਦਾ ਹੈ, ਉਹ ਜਦੋਂ 1 ਵਾਰ ਧੜਕਦਾ ਹੈ ਤੇ 1 ਮਿੰਟ ਦੇ ਵਿੱਚ 5 ਲੀਟਰ ਖੂਨ ਨੂੰ ਸਾਫ਼ ਕਰ ਦਿੰਦਾ ਹੈ ਤੇ 1 ਦਿਨ ਦੇ ਵਿੱਚ 7200 ਲੀਟਰ ਇਹ ਲਹੂ ਨੂੰ ਸਾਫ਼ ਕਰ ਰਿਹਾ ਹੈ ਔਰ ਪੰਪ ਪੰਪ ਕਰ ਰਿਹਾ ਹੈ, ਅੱਗੇ ਪਹੁੰਚਾ ਰਿਹਾ ਹੈ। ਤੇ ਦਿਲ ਪਤਾ ਕੀ ਆਖਦਾ ਹੈ? ਤੂੰ ਮੇਰੇ ਵਾਸਤੇ ਰੋਜ਼ 1 ਘੰਟਾ ਚੱਲਿਆ ਕਰ, ਮੈਂ ਸਾਰੀ ਜ਼ਿੰਦਗੀ ਤੇਰੇ ਲਈ ਚੱਲਾਂਗਾ, ਜਿੱਦਾਂ ਤੂੰ ਮੇਰੇ ਲਈ ਚੱਲਣਾ ਬੰਦ ਕਰ ਦੇਗਾ ਮੈਂ ਤੇਰੇ ਲਈ ਚੱਲਣਾ ਬੰਦ ਕਰ ਦੇਗਾ। ਹੁਣ ਦਿਲ ਬਹੁਤ ਕੀਮਤੀ ਚੀਜ਼ ਹੈ, ਸ਼ਾਇਦ ਇਸੇ ਕਰਕੇ ਦਿਲ ਦਿਲ ਧੜਕਾਉਣ ਵਾਲਾ ਜਿਹੜਾ ਸੈੱਲ ਹੈ ਉਹ ਪ੍ਰਭੂ ਨੇ ਦਿਲ ਦੇ ਵਿੱਚ ਹੀ ਫਿੱਟ ਕੀਤਾ, ਦਿਮਾਗ 'ਚ ਨਹੀਂ ਲਾਇਆ ਕਿ ਦਿਮਾਗ ਨੂੰ ਕਮਾਂਡ ਕਰਦਿਆਂ ਕਿਤੇ ਦੇਰ ਲੱਗ ਜਾਏ ਜਾਂ ਦਿਮਾਗ ਭੁੱਲ ਜਾਏ, ਦਿਮਾਗ ਕੰਮ ਨਾ ਕਰੇ ਤੇ ਦਿਲ ਨਾ ਕਿਤੇ ਰੁਕ ਜਾਏ। ਦਿਲ ਨੂੰ ਧੜਕਾਉਣ ਵਾਲਾ ਜਿਹੜਾ ਸੈੱਲ ਹੈ ਉਹ ਦਿਲ ਦੇ ਵਿੱਚ ਹੀ ਲਾ ਦਿੱਤਾ ਤੇ ਜਿਹਨਾਂ ਦੇ ਉੱਤੇ ਤੰਤੂ ਦਿਲ ਦੇ ਸੈੱਲ ਨਹੀਂ ਕੰਮ ਕਰਦੇ, ਨਹੀਂ ਕਮਾਂਡ ਦਿੰਦੇ ਦਿਲ ਨੂੰ, ਉੱਥੇ ਫਿਰ ਪੇਸਮੇਕਰ ਲਗਾਇਆ ਜਾਂਦਾ ਹੈ। ਪੇਸਮੇਕਰ ਦਾ ਇੰਨਾ ਹੀ ਕੰਮ ਹੈ ਦਿਲ ਨੂੰ ਕਮਾਂਡ ਦੇਣੀ। ਦਿਲ ਕੀਮਤੀ ਹੈ ਇਸ ਕਰਕੇ ਇਹਦੇ ਆਲੇ ਦੁਆਲੇ ਫੇਫੜਿਆਂ ਦਾ ਸਖਤ ਪਿੰਜਰਾ ਲਗਾ ਦਿੱਤਾ ਤਾਂ ਕਿ ਕੋਈ ਸੱਟ ਨੂੰ ਸਿੱਧੀ ਨਾ ਬਚੇ। ਤੇ ਜਿਹੜਾ ਦਿਮਾਗ ਹੈ ਉਹ ਦਿਲ ਨਾਲ ਵੀ ਜ਼ਿਆਦਾ ਕੀਮਤੀ, ਕਿੰਨਾ ਨਾਜ਼ੁਕ ਹੈ ਦਿਮਾਗ ਔਰ ਕਿੰਨਾ ਕੰਪਲੀਕੇਟਿਡ ਹੈ ਦਾ ਪ੍ਰੋਸੈਸ। ਦਿਮਾਗ ਹੋਰ ਜ਼ਿਆਦਾ ਕੀਮਤੀ, ਉਹਨੂੰ ਉੱਚੀ ਥਾਂ ਤੇ ਰੱਖ ਦਿੱਤਾ ਸਿਰ ਵਿੱਚ ਤੇ ਆਲੇ ਦੁਆਲੇ ਸਖਤ ਖੋਪੜੀ ਦਾ ਖੋਲ ਲਗਾ ਦਿੱਤਾ ਤਾਂ ਕਿ ਦਿਮਾਗ ਤੇ ਸਿੱਧੀ ਸੱਟ ਨਾ ਵੱਜੇ, ਪਹਿਲਾਂ ਖੋਪੜੀ ਟੁੱਟੇ ਫਿਰ ਦਿਮਾਗ ਤੱਕ ਸੱਟ ਪਹੁੰਚੇ। ਉਹ ਜ਼ਿਆਦਾ ਕੀਮਤੀ ਹੈ, ਦਿਮਾਗ ਜ਼ਿਆਦਾ ਕੀਮਤੀ ਹੈ, ਸਖਤ ਹੱਡੀਆਂ ਦਾ ਖੋਲ ਜਿਹੜਾ ਹੈ ਖੋਪੜੀ ਉਸ ਦਿਮਾਗ ਦੇ ਆਲੇ ਦੁਆਲੇ ਲਗਾ ਦਿੱਤੀ। ਕਿੰਨਾ ਕੀਮਤੀ ਪ੍ਰਬੰਧ ਕੀਤਾ ਉਸ ਮਾਲਕ ਨੇ, ਕਿੰਨੀਆਂ ਕੀਮਤੀ ਦਾਤਾਂ ਦਿੱਤੀਆਂ ਨੇ, ਕਿੰਨਾ ਸੋਹਣਾ ਸਰੀਰ ਬਣਾਇਆ।
ਕਿੰਨੇ ਵਿਧੀ ਵਿਧਾਨ ਦੇ ਨਾਲ ਬਣਾਇਆ ਹੋਇਆ। ਪੁੱਤਰੀ ਤੇਰੀ ਵਿਧ ਕਰ ਥਾਟੀ, ਕਿੰਨੀ ਵਿਧੀ ਕਰਕੇ ਬਣਾਈ ਹੈ ਪੁਤਲੀ, ਇਹ ਸਰੀਰ ਕਿੰਨੇ ਵਿਧੀ ਦੇ ਨਾਲ ਬਣਾਇਆ, ਜਿਹਨੇ ਸਵਾਰਿਆ ਸ਼ਿੰਗਾਰਿਆ, ਤੇ ਜਿਹੜਾ ਰੱਬ ਨੇ ਸ਼ਿੰਗਾਰ ਕਰ ਦਿੱਤਾ। ਮਨੁੱਖ ਕੱਪੜਿਆਂ ਨਾਲ ਗਹਿਣਿਆਂ ਨਾਲ ਸ਼ਿੰਗਾਰ ਕਰ ਹੀ ਨਹੀਂ ਸਕਦਾ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਿੰਨਾ ਸ਼ਿੰਗਾਰਿਆ। ਹੁਣ ਸਤਿਗੁਰੂ ਪਾਤਸ਼ਾਹ ਆਖਦੇ ਨੇ ਤੂੰ ਸਿਰਫ ਹੰਕਾਰ ਨਾ ਕਰੀ ਜਾਈ ਕਿ ਮੇਰਾ ਸਰੀਰ ਬਹੁਤ ਸੁੰਦਰ ਹੈ, ਇਹ ਤੇ ਬਾਹਰੋਂ ਚੁੱਟੀ ਚਮੜੀ ਕਰਕੇ, ਬਾਹਰੋਂ ਨੈਣ ਨਕਸ਼ ਥਾਂ ਸਿਰ ਲਗਾਏ ਹੋਣ ਕਰਕੇ ਤੂੰ ਸੋਹਣਾ ਲੱਗਦਾ ਹੈ, ਇਹਦੇ ਅੰਦਰ ਜਾ ਕੇ ਦੇਖ ਕੀ ਹੈ, ਮਜਾ ਰੁਦ੍ਰ ਦੁਰਗੰਧਾ, ਅੰਦਰ ਹੈ ਮਿਰਚ, ਅੰਦਰ ਹੈ ਰੁਦ੍ਰ ਮੈਨੇ ਖੂਨ ਲਹੂ, ਅੰਦਰ ਹੈ ਦੁਰਗੰਧ ਸਰੀਰ ਦੇ ਵਿੱਚ, ਤੇ ਜਿਹੜੀ ਕਦੀ ਦੂਰ ਨਹੀਂ ਹੋ ਸਕਦੀ। ਬੰਦਾ ਲੱਖ ਯਤਨ ਕਰੇ, ਮੈਂ ਸਰੀਰ ਵਿੱਚੋਂ ਸਾਰਾ ਮਲ ਤਿਆਗ ਕਰਦਿਆਂ, ਬਿਲਕੁਲ ਕਲੀਨ ਕਰਦਿਆਂ ਆਪਣੀ ਗੱਟ ਨੂੰ, ਆਪਣੀਆਂ ਅੰਤੜੀਆਂ ਨੂੰ, ਇਹ ਜੀ ਨਹੀਂ ਪਾਏਗਾ। ਫਿਰ ਕੁਛ 100 ਗ੍ਰਾਮ ਇਹਨੂੰ ਅੰਦਰੋਂ ਗੰਦਗੀ ਰੱਖਣੀ ਪੈਣੀ ਹੈ, ਜਿਹਦੇ ਕਰਕੇ ਇਹਦਾ ਸਰੀਰ ਚੱਲਦਾ ਹੈ, ਤਾਪ ਮਿਲਦਾ ਹੈ, ਊਰਜਾ ਮਿਲਦੀ ਹੈ, ਜਿਹਦੇ ਕਰਕੇ ਹੀਟ ਅਪ ਰਹਿੰਦਾ ਹੈ, ਇਹ ਜਿਹਦੇ ਕਰਕੇ ਤੇਜ਼ਾਬੀ ਮਾਦਾ ਬਣਦਾ ਹੈ। ਜੇ ਸਾਰੀ ਗੰਦਗੀ ਅੰਦਰੋਂ ਨਿਕਲ ਜਾਏ ਤੇ ਬੰਦਾ ਜੀ ਨਹੀਂ ਸਕੇਗਾ, ਮਰ ਜਾਏਗਾ। ਇਹ ਕੁਝ ਨਾ ਅੰਦਰ ਮਜਾ ਰੁਦ੍ਰ ਦੁਰਗੰਧਾ, ਨਾਨਕ ਅਥ ਗ੍ਰਵੇਣ ਅਗਿਆਨ ਨੂੰ, ਫਿਰ ਵੀ ਇਹ ਅਗਿਆਨੀ ਮਨੁੱਖ ਇਹਦੇ ਤੇ ਹੰਕਾਰ ਕਰੀ ਜਾਂਦਾ ਹੈ ਕਿ ਮੇਰੇ ਵਰਗਾ ਸੁੰਦਰ ਕੌਣ, ਫਿਰ ਵੀ ਹੰਕਾਰ ਕਰੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਹੰਕਾਰ ਨਾ ਕਰ, ਹਾਂ ਇਹਦੇ ਤੋਂ ਲਾਭ ਲੈ ਲੈ, ਇਹਦੇ ਤੋਂ ਕੰਮ ਲੈ ਲੈ, ਹੰਕਾਰ ਨਾ ਕਰ, ਇਹਦੇ ਤੋਂ ਤੂੰ ਕੰਮ ਲੈ। ਜਿੰਨਾ ਚਿਰ ਅੱਖਾਂ ਮਿਲੀਆਂ ਨੇ ਇਹਨਾਂ ਅੱਖਾਂ ਨਾਲ ਸਾਰਿਆਂ ਚ ਰੱਬ ਨੂੰ ਦੇਖ, ਕੰਨ ਮਿਲੇ ਨੇ ਕੰਨਾਂ ਨਾਲ ਸੱਚ ਸੁਣ, ਜ਼ੁਬਾਨ ਮਿਲੀ ਹੈ ਰੱਬ ਦੀ ਸਿਫਤ ਸਲਾਹ ਕਰ, ਕਿਸੇ ਦੇ ਗੁਣਾਂ ਦੀ ਪ੍ਰਸ਼ੰਸਾ ਕਰ, ਸੱਚ ਬੋਲ, ਹੱਥ ਮਿਲੇ ਨੇ ਕਿਸੇ ਦੀ ਸੇਵਾ ਕਰ, ਪੈਰ ਮਿਲੇ ਨੇ ਚੰਗੇ ਪਾਸੇ ਤੁਰ, ਅੱਖਾਂ ਮਿਲੀਆਂ ਨੇ ਗੁਰੂ ਦੇ ਦਰਸ਼ਨ ਕਰ, ਕੰਨਾਂ ਨਾਲ ਗੁਰੂ ਦੀ ਬਾਣੀ ਸੁਣ, ਜ਼ਬਾਨ ਨਾਲ ਗੁਰੂ ਦੇ ਬੋਲ ਬੋਲ, ਮਨ ਵਿੱਚ ਤੇਰੇ ਰੱਬੀ ਯਾਦ ਬਣੀ ਰਹੇ, ਅੰਤਰ ਗੁਰ ਅਰਾਧਣਾ, ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਇਹਨੇ ਅੰਦਰਿਆਂ ਤੋਂ ਲਾਭ ਲੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹਿਲਾ ਕਰ ਲੈ ਜੀਓ, ਮਨ ਵਿੱਚ ਰੱਬੀ ਯਾਦ ਹੋਵੇ, ਜ਼ਬਾਨ ਤੇ ਤੇਰਾ ਨਾਮ ਅੰਮ੍ਰਿਤ ਹੋਵੇ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹਿਲਾ ਕਰ ਲੈ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਆ ਰੱਬੀ ਰੰਗ ਜਿਹੜਾ ਪ੍ਰਭੂ ਫੈਲਿਆ ਕੁੱਲ ਕਾਇਨਾਤ ਵਿੱਚ, ਅੱਖਾਂ ਨਾਲ ਉਹਨੂੰ ਦੇਖ, ਉਹ ਪ੍ਰਭੂ ਸਾਰੇ ਪਾਸੇ ਰਵਿਆ ਹੋਇਆ। ਇਹੀ ਕਾਰਨ ਜਦੋਂ ਵੀ ਇੱਕ ਨਵੀਂ ਬਾਣੀ ਆਰੰਭ ਹੁੰਦੀ ਹੈ ਉੱਤੇ ਮੰਗਲ ਜ਼ਰੂਰ ਹੁੰਦਾ ਹੈ, ਜਿਵੇਂ ਅੱਜ ਦੀ ਬਾਣੀ ਚ ਮੰਗਲ ਹੈ ਇੱਕ ਓਂਕਾਰ ਸਤਿ ਗੁਰ ਪ੍ਰਸਾਦ। ਜਿਸ ਰੱਬ ਨੂੰ ਅਸੀਂ ਪੂਜਦੇ ਹਾਂ ਉਹ ਰੱਬ ਕਿੱਥੇ ਹੈ, ਅਸਮਾਨਾਂ ਵਿੱਚ ਹੈ, ਪਤਾਲਾਂ ਵਿੱਚ ਹੈ, ਕਿੱਥੇ ਹੈ? ਸਤਿਗੁਰੂ ਆਖਦੇ ਨੇ ਇੱਕ ਹੈ ਤੇ ਸਾਰਿਆਂ ਵਿੱਚ, ਆ ਸਾਡਾ ਮੂਲ ਹੈ, ਇੱਕ ਓਂਕਾਰ, ਉਹ ਅਕਾਲ ਪੁਰਖ ਇੱਕ ਹੈ ਤੇ ਸਰਵ ਵਿਆਪਕ ਹੈ, ਇੱਕ ਹੈ ਤੇ ਓਮਨੀ ਪ੍ਰੈਜੈਂਟ ਹੈ, ਯੂਨੀਕ ਹੈ, ਸਾਰਿਆਂ ਵਿੱਚ ਹੈ, ਸਤ ਉਹ ਸਦੀਵ ਸੱਚਾ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਹਮੇਸ਼ਾ ਆਉਣ ਵਾਲੇ ਸਮੇਂ ਵੀ ਰਹੇਗਾ, ਉਹ ਸਦਾ ਥਿਰ ਹੈ, ਮੌਤ ਤੋਂ ਪਰੇ ਹੈ, ਸੱਚ ਹੈ, ਤੇ ਮਿਲਦਾ ਕਿਵੇਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਅਸੀਂ ਉਸ ਰੱਬ ਨੂੰ ਮੰਨਦੇ ਹਾਂ ਜਿਹੜਾ ਸਾਰਿਆਂ ਵਿੱਚ ਹੈ, ਇਸ ਕਰਕੇ ਸਾਰਿਆਂ ਵਿੱਚ ਉਸ ਪ੍ਰਭੂ ਨੂੰ ਦੇਖ, ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਤੇਰੇ ਪੈਰ ਉਹ ਧਰਮ ਵਾਲੇ ਪਾਸੇ ਤੁਰਨੇ ਚਾਹੀਦੇ ਨੇ, ਰੱਬ ਵਾਲੇ ਪਾਸੇ ਤੁਰਨੇ ਚਾਹੀਦੇ ਨੇ, ਤੇ ਰੱਬ ਸਾਰਿਆਂ ਵਿੱਚ ਹੈ, ਸਾਰਿਆਂ ਵਿੱਚ ਪ੍ਰਭੂ ਨੂੰ ਦੇਖਣਾ ਚਾਹੀਦਾ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ, ਕੰਨਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਦੀ ਕਥਾ ਸੁਣ, ਰੱਬ ਦੇ ਗੁਣਾਂ ਨੂੰ ਸੁਣ, ਫਿਰ ਉਹਨਾਂ ਗੁਣਾਂ ਨੂੰ ਜੀਵਨ ਚ ਧਾਰਨ ਕਰ।
ਉਹ ਆਪਣੇ ਜੀਵਨ ਨੂੰ ਸਫਲ ਕਰ ਲਏ। ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਾਹ ਨਾਨਕ ਉਜਲ ਮੱਥਾ। ਰੱਬ ਦੇ ਘਰ ਵਿੱਚ ਤੇਰਾ ਮੱਥਾ ਉਜਲਾ ਰਹੇਗਾ, ਰੱਬ ਦੇ ਸੋਹਣੇ ਸੰਸਾਰ ਘਰ ਵਿੱਚ ਜਿੱਥੇ ਰੱਬ ਰਹਿੰਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਉੱਥੇ ਤੇਰਾ ਮੁੱਖ ਉਜਲਾ ਰਹੇਗਾ, ਮਾਣ ਇੱਜ਼ਤ ਵਡਿਆਈ ਮਿਲਦੀ ਰਹੇਗੀ। ਇਸ ਮਨੁੱਖਾ ਸਰੀਰ ਦਾ ਲਾਭ ਲੈ ਲੈ, ਹੰਕਾਰ ਨਾ ਕਰ, ਇਹਦੇ ਤੋਂ ਲਾਭ ਲੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਪਰਮਾਣੂ ਪਰਜੰਤ ਆਕਾਸ਼ੈ, ਦੀਪ ਲੋ ਸਿਖੰਡਣੈ, ਗਛੇਣ ਨੈਣ ਪਾਰੇ, ਨਾਨਕ ਬਿਨਾਂ ਸਾਧੂ ਨਾ ਸਿਧਿਅਤੇ। ਪਰਮਾਣੂ, ਪਰਮਾਣੂ ਤੋਂ ਭਾਵ ਪਰਮ ਅਣੂ, ਐਟਮ, ਸਭ ਤੋਂ ਛੋਟਾ ਹਿੱਸਾ, ਸਭ ਤੋਂ ਛੋਟਾ ਭਾਗ ਅਣੂ ਦਾ। ਪਰਜੰਤ, ਪਰਜੰਤ ਮਨੇ ਆਖਰੀ, ਲਾਸਟ, ਆਖਰੀ ਸੀਮਾ। ਆਕਾਸ਼ੈ, ਆਕਾਸ਼, ਦੀਪ, ਦੀਪ ਮੈਨੇ ਜਰਜੀਰੇ, ਲੋ, ਲੋ ਮੈਨੇ ਲੋਕ, ਸ਼ਿਖੰਡਣੇ, ਸਿਖਰ, ਸਿਖਰ ਵਾਲੇ ਭਾਵ ਪਹਾੜ, ਉੱਚੇ ਉੱਚੇ ਚੋਟੀਆਂ ਵਾਲੇ ਪਹਾੜ। ਗਛੇਣ ਮੈਨੇ ਤੁਰਿਆ, ਨੈਣ ਭਰੇਣ ਮੈਨੇ ਅੱਖ, ਝਪਕਣ ਜਿਤਨੇ ਸਮੇਂ ਦੇ ਵਿੱਚ, ਨੈਣ ਭਾਰ ਮੈਨੇ ਅੱਖ, ਝਪਕਣ ਜਿਤਨਾ ਸਮਾਂ। ਨਾਨਕ ਸੰਬੋਧਨ ਹੈ ਭਾਵ, ਹੀ ਨਾਨਕ ਬਿਨਾਂ ਸਾਧੂ ਨਾ ਸਿੱਧੇ ਉੱਤੇ, ਬਿਨਾਂ ਸਾਧੂ ਮੈਨੇ ਬਿਨਾਂ ਗੁਰੂ ਤੋਂ ਨਾ ਸਿੱਧੇ ਤੇ ਸਫਲ ਨਹੀਂ ਹੁੰਦਾ। ਭਾਵ ਮਨੁੱਖ ਜਿਹੜੇ ਅੰਤਾਂ ਦਾ ਛੋਟਾ ਅਣੂ ਬਣ ਜਾਏ, ਐਟਮ ਹੋ ਜਾਏ, ਔਰ ਆਕਾਸ਼ਾਂ ਤੱਕ ਪਹੁੰਚ ਜਾਏ, ਦੀਪਾਂ ਲੋਹਾਂ ਤੱਕ ਪਹੁੰਚ ਜਾਏ, ਪਹਾੜਾਂ ਦੀਆਂ ਉਚਾਈਆਂ ਤੱਕ, ਸਿਖਰਾਂ ਤੱਕ, ਅੱਖ ਪਲਕ ਝਪਣ ਜਿਤਨੇ ਸਮੇਂ ਵਿੱਚ ਘੁੰਮ ਕੇ ਆ ਜਾਏ, ਇੰਨੀ ਇਹਦੇ ਕੋਲ ਸ਼ਕਤੀ ਹੋਵੇ, ਇੰਨੀ ਇਹਦੀ ਟਰਾਂਸਪੋਰਟ ਵਧੀਆ ਹੋਵੇ, ਇੰਨੀ ਇਹਦੇ ਕੋਲ ਊਰਜਾ ਐਨਰਜੀ ਹੋਵੇ, ਇੰਨੀ ਇਹਦੇ ਕੋਲ ਸਪੀਡ ਹੋਵੇ ਕਿ ਇਧਰੋਂ ਕੋਈ ਅੱਖ ਦੀ ਪਲਕ ਝਪਕਾਏ ਤੇ ਅੱਖ ਦੀ ਪਲਕ ਝਪਕਣ ਜਿਤਨੇ ਸਮੇਂ ਦੇ ਵਿੱਚ ਸਾਰਿਆਂ ਦੀਪਾਂ, ਲੋਹਾਂ, ਆਕਾਸ਼ਾਂ, ਪਹਾੜਾਂ ਤੱਕ ਇੱਕ ਫੋਰ ਵਿੱਚ ਉੱਡ ਕੇ ਆ ਵੀ ਜਾਏ। ਭਾਵ ਇੰਨੀ ਫੁਰਤੀ, ਇੰਨੀ ਤਾਕਤ, ਇੰਨੀ ਐਨਰਜੀ, ਇੰਨੀ ਸਿਆਣਪ, ਇੰਨਾ ਐਡਵਾਂਸਡ ਹੋ ਜਾਏ, ਪਰ ਬਿਨਾਂ ਸਾਧੂ ਨਾ ਸਿੱਧੇ ਤੇ, ਬਿਨਾਂ ਗੁਰੂ ਤੋਂ ਇਹਦਾ ਜੀਵਨ ਸਫਲ ਨਹੀਂ ਹੈ। ਬਿਨਾਂ ਗੁਰੂ ਤੋਂ ਨਹੀਂ, ਜਿੰਨੀ ਮਰਜ਼ੀ ਸਪੀਡ ਹੋਵੇ। ਅੱਜ ਕਿੰਨੀ ਸਪੀਡ ਹੈ ਮਨੁੱਖ ਦੇ ਕੋਲ, ਕਿੰਨੀ ਸਪੀਡ ਦੇ ਨਾਲ ਇੱਧਰ ਉੱਧਰ ਚਲਾ ਜਾਂਦਾ ਹੈ, ਪਰ ਜਿੰਨੀ ਮਰਜ਼ੀ ਸਪੀਡ ਨਾਲ ਚਲਾ ਜਾਏ, ਜਿੰਨਾ ਮਰਜ਼ੀ ਸਿਆਣਾ ਹੋ ਜਾਏ, ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਪਰ ਜੇ ਗੁਰੂ ਦਾ ਗਿਆਨ ਨਹੀਂ ਨਾ, ਉਹਨਾਂ ਚਿਰ ਜੀਵਨ ਸਫਲ ਨਹੀਂ। ਗੁਰੂ ਦਾ ਗਿਆਨ ਇਹ ਸਿਖਾਉਂਦਾ ਹੈ ਕਿ ਤੇਰੇ ਕੋਲ ਤਰੱਕੀਆਂ ਹੋਣ, ਤੇਰੇ ਕੋਲ ਵਿਕਾਸ ਹੋਵੇ, ਤੂੰ ਇੰਨਾ ਉੱਨਤ ਹੋ ਜਾਏ, ਆਕਾਸ਼ਾਂ ਪਹਾੜਾਂ ਤੱਕ ਚੱਕਰ ਲਾ ਕੇ ਆ ਜਾਏ। ਪਰ ਜੇ ਤੇਰੇ ਜੀਵਨ ਵਿੱਚ ਗੁਣ ਨਹੀਂ ਹਨ, ਜੇ ਤੇਰੇ ਜੀਵਨ ਦਾ ਕਿਸੇ ਨੂੰ ਲਾਭ ਨਹੀਂ ਹੈ, ਸਮਾਜ ਨੂੰ ਲਾਭ ਨਹੀਂ ਹੈ, ਪਰਿਵਾਰ ਨੂੰ ਲਾਭ ਨਹੀਂ ਹੈ, ਫਿਰ ਤੇ ਜੀਵਨ ਦਾ ਲਾਭ ਹੀ ਕੋਈ। ਗੁਰੂ ਤੋਂ ਬਿਨਾਂ ਸਫਲ ਹੋ ਹੀ ਨਹੀਂ ਸਕਦਾ, ਫਿਰ ਗੁਰੂ ਤੋਂ ਬਿਨਾਂ ਸਫਲ ਨਹੀਂ। ਸਿਆਣਪ ਦਾ ਉਹਨਾਂ ਚਿਰ ਫਾਇਦਾ ਨਹੀਂ ਜਿੰਨਾ ਚਿਰ ਸਿਆਣਪ ਕਿਸੇ ਦੇ ਕੰਮ ਨਹੀਂ ਆਉਂਦੀ। ਇਸ ਕਰਕੇ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਇੱਥੇ ਤੇ ਚੰਗੇ ਚੰਗੇ ਸਿਆਣੇ ਡੁੱਬ ਗਏ, ਗੁਰੂ ਦੀ ਮਤ ਲੈ ਲਈ। ਗੁਰੂ ਦੀ ਮਤ ਸਿਖਾਏਗੀ ਕਿ ਇਸ ਸਿਆਣਪ ਨੂੰ ਵਰਤਣਾ ਕਿਵੇਂ ਹੈ, ਇਸ ਜੀਵਨ ਨੂੰ ਵਰਤਣਾ ਕਿਵੇਂ ਹੈ। ਸਿਆਣਪ ਤੇ ਹੈ, ਮਨੁੱਖ ਆਪਣੀ ਸਿਆਣਪ ਨਾਲ ਕਿੰਨਾ ਵਿਕਾਸ ਕਰ ਰਿਹਾ ਹੈ, ਪਰ ਜੇ ਸਿਆਣਪ ਦਾ ਦੂਜੇ ਨੂੰ ਲਾਭ ਹੀ ਨਹੀਂ ਹੋ ਰਿਹਾ, ਫਿਰ ਸਿਆਣਪ ਦਾ ਫਾਇਦਾ ਕੀ ਹੈ? ਫਿਰ ਤੇ ਫਾਇਦਾ ਕੋਈ ਨਹੀਂ ਨਾ। ਦੋ ਖਰਗੋਸ਼ ਸਨ, ਇੱਕ ਖਰਗੋਸ਼ ਦਾ ਨਾਂ ਸੀ ਵਾਈਜ਼ੀ, ਦੂਜੇ ਦਾ ਨਾਂ ਸੀ ਫੂਲੀ। ਵਾਈਜ਼ੀ ਨਾਂ ਤੋਂ ਹੀ ਪਤਾ ਲੱਗਦਾ ਸਿਆਣਾ, ਤੇ ਫੂਲੀ ਜਿਹੜਾ ਫੂਲ ਸੀ ਜਿਹਦੇ ਕੋਈ ਸਿਆਣਪ ਨਹੀਂ ਸੀ। ਦੋਨਾਂ ਨੂੰ ਭੁੱਖ ਲੱਗੀ, ਦੋਨੋਂ ਇਕੱਠੇ ਬਾਹਰ ਨਿਕਲੇ।
ਗਾਜਰਾਂ ਦੇ ਖੇਤ ਚ ਚਲੇ ਗਏ। ਫੁੱਲੀ ਦੌੜਿਆ ਚਲਾ ਗਿਆ, ਉਹ ਇੱਕ ਗਾਜਰ ਦੇ ਕੋਲ ਜਾ ਕੇ ਖੜਾ ਹੋ ਗਿਆ ਜਿਸ ਗਾਜਰ ਦੇ ਵੱਡੇ ਵੱਡੇ ਪੱਤੇ ਸਨ, ਤੇ ਕਹਿਣ ਲੱਗਾ ਵੀ ਇਹ ਗਾਜਰ ਮੇਰੀ। ਵਾਈਜ਼ੀ ਕਹਿਣ ਲੱਗਾ, ਮਿੱਤਰ ਵੱਡੇ ਪੱਤੇ ਦੇਖ ਕੇ, ਪੱਤਿਆਂ ਦਾ ਸਾਈਜ਼ ਦੇਖ ਕੇ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਇਹ ਗਾਜਰ ਵੱਡੀ ਹੋਏਗੀ। ਵਾਈਜ਼ੀ ਨੇ ਵੀ ਆਪਣੀ ਗਾਜਰ ਚੁਣੀ, ਛੋਟੇ ਛੋਟੇ ਪੱਤੇ ਸਨ, ਉਹਨੇ ਪੱਤਿਆਂ ਨੂੰ ਦੇਖਿਆ, ਸੁੰਘਿਆ, ਕਹਿਣ ਲੱਗਾ ਇਹ ਗਾਜਰ ਮੇਰੀ। ਫੁੱਲੀ ਨੇ ਜਦੋਂ ਵੱਡੇ ਵੱਡੇ ਪੱਤਿਆਂ ਵਾਲੀ ਗਾਜਰ ਪੁੱਟੀ, ਛੋਟੀ ਜਿਹੀ ਗਾਜਰ ਨਿਕਲੀ, ਹੈਰਾਨ ਹੋ ਗਿਆ। ਤੇ ਜਦੋਂ ਵਾਈਜ਼ੀ ਨੇ ਛੋਟੇ ਛੋਟੇ ਪੱਤਿਆਂ ਵਾਲੀ ਗਾਜਰ ਨੂੰ ਜਦੋਂ ਪੁੱਟਿਆ ਜ਼ਮੀਨ ਦੇ ਵਿੱਚੋਂ, ਤੇ ਵੱਡੀ ਸਾਰੀ ਗਾਜਰ ਨਿਕਲੀ, ਬੜਾ ਹੈਰਾਨ ਹੋ ਗਿਆ। ਅੱਗੇ ਤੁਰੇ, ਛੋਟੇ ਛੋਟੇ ਪੱਤਿਆਂ ਨੂੰ ਦੇਖ ਕੇ ਫੁੱਲੀ ਜਿਹੜਾ ਭੱਜ ਕੇ ਗਿਆ, ਕਹਿਣ ਲੱਗਾ ਇਹ ਗਾਜਰ ਮੇਰੀ। ਵਾਈਜ਼ੀ ਫਿਰ ਕਹਿਣ ਲੱਗਾ ਵੀ ਪੱਤਿਆਂ ਦਾ ਸਾਈਜ਼ ਦੇਖ ਕੇ ਨਾ ਚੁਣ ਤੂੰ ਗਾਜਰ, ਆ ਜਿਹੜੀ ਮੈਂ ਗਾਜਰ ਚੁਣੀ ਹੈ ਨਾ, ਇਹ ਗਾਜਰ ਤੇਰੇ ਵਾਸਤੇ ਹੈ, ਇਹ ਤੂੰ ਲੈ ਲੈ। ਇਹਦੇ ਪੱਤੇ ਜ਼ਰੂਰ ਵੱਡੇ ਨੇ, ਪਰ ਇਹ ਗਾਜਰ ਬਹੁਤ ਵੱਡੀ ਹੈ। ਜਦੋਂ ਫੁੱਲੀ ਨੇ ਵਾਈਜ਼ੀ ਵਾਲੀ ਗਾਜਰ ਦੇਖੀ ਤੇ ਬੜੀ ਵੱਡੀ, ਕਹਿਣ ਲੱਗਾ ਇਹ ਤੇ ਤੇਰੀ ਹੈ ਨਾ, ਇਹ ਗਾਜਰ ਤੇ ਤੇਰੀ ਹੈ, ਇਹ ਤੂੰ ਲੈ ਲੈ। ਔਰ ਜਿਹੜੀ ਮੈਂ ਚੁਣੀ ਸੀ, ਮੈਂ ਤੇ ਪਰਖ ਹੀ ਨਹੀਂ ਕਰ ਸਕਿਆ ਵੀ ਕਿੱਦਾਂ ਦੇ ਪੱਤੇ ਹੋਣੇ ਚਾਹੀਦੇ ਨੇ, ਕਿੱਦਾਂ ਤੂੰ ਸੁੰਘ ਕੇ ਦੇਖ ਲੈਣਾ, ਕਿੱਦਾਂ ਤੂੰ ਪਤਾ ਲਗਾ ਲੈਣਾ ਵੀ ਕਿਹੜੀ ਗਾਜਰ ਵੱਡੀ ਹੋਏਗੀ, ਕਿਹੜੀ ਛੋਟੀ ਹੋਏਗੀ। ਇਹ ਤੂੰ ਆਪਣੇ ਵਾਸਤੇ ਚੁਣੀ ਸੀ, ਵੱਡੀ ਗਾਜਰ ਤੂੰ ਲੈ। ਵਾਈਜ਼ੀ ਕਹਿਣ ਲੱਗਾ ਨਹੀਂ, ਇਹ ਗਾਜਰ ਤੂੰ ਰੱਖ ਲੈ, ਇਹ ਤੇਰੇ ਵਾਸਤੇ ਚੁਣੀ ਹੈ, ਮੈਂ ਹੋਰ ਲੱਭ ਲਾਂਗਾ। ਕਹਿਣ ਲੱਗਾ ਉਹ ਕਿਉਂ? ਵਾਈਜ਼ੀ ਕਹਿਣ ਲੱਗਾ ਵੀ ਉਸ ਬੁੱਧੀ ਦਾ, ਉਸ ਸਿਆਣਪ ਦਾ ਕੀ ਫਾਇਦਾ ਕਿ ਮੈਂ ਵੱਡੀ ਗਾਜਰ ਖਾ ਕੇ ਪੇਟ ਭਰ ਚੁੱਕਿਆ ਵਾਂ, ਮੇਰਾ ਪੇਟ ਭਰਿਆ ਹੋਵੇ, ਮੇਰੇ ਕੋਲ ਸਿਆਣਪ ਹੋਵੇ, ਮੈਂ ਪਰਖ ਸਕਦਾ ਵਾਂ ਵੀ ਕਿਹੜੇ ਪੱਤਿਆਂ ਦੇ ਥੱਲੇ ਵੱਡੀ ਗਾਜਰ ਹੈ। ਤੇ ਜੇ ਮੈਂ ਉਹ ਪਰਖ ਕਰਕੇ ਸਿਆਣਪ ਦੇ ਨਾਲ ਮੈਂ ਆਪਣੇ ਮਿੱਤਰ ਦੀ ਮਦਦ ਹੀ ਨਾ ਕਰ ਸਕਾਂ, ਫਿਰ ਸਿਆਣਪ ਦਾ ਫਾਇਦਾ ਕੀ ਹੈ? ਇੱਕ ਐਸਾ ਮਿੱਤਰ ਜਿਹਦਾ ਪੇਟ ਭਰਿਆ ਹੋਵੇ, ਜਿਹਦੇ ਕੋਲ ਮਿੱਤਰ ਕੋਈ ਨਾ ਹੋਵੇ, ਜਿਹਦੇ ਕੋਲ ਬੁੱਧੀ ਹੋਵੇ, ਸਿਆਣਪ ਹੋਵੇ, ਸਿਆਣਪ ਹੋਵੇ, ਬੁੱਧੀ ਹੋਵੇ, ਪੇਟ ਵੀ ਭਰਿਆ ਹੋਵੇ, ਪਰ ਮਿੱਤਰ ਕੋਈ ਨਾ ਹੋਵੇ, ਫਿਰ ਉਹਦੀ ਸਿਆਣਪ ਦਾ ਕੀ ਫਾਇਦਾ? ਸਿਆਣਪ ਦਾ ਫਾਇਦਾ ਤਾਂ ਹੀ ਹੈ ਨਾ ਜੇ ਕੋਈ ਮੇਰਾ ਮਿੱਤਰ ਹੋਵੇ ਤੇ ਮੈਂ ਆਪਣੇ ਮਿੱਤਰ ਦੀ ਮਦਦ ਕਰ ਸਕਾਂ। ਮਨੁੱਖ ਤਰੱਕੀ ਬਹੁਤ ਕਰਦਾ ਹੈ, ਬੜੀ ਤਰੱਕੀ ਕੀਤੀ, ਅਸਮਾਨਾਂ ਨੂੰ ਜਾ ਕੇ ਛੋ ਰਿਹਾ ਹੈ, ਪਰ ਜਿੰਨਾ ਚਿਰ ਮਾਨਸਿਕਤਾ ਵਿੱਚ ਇਹ ਹੈ ਨਾ ਵੀ ਮੈਂ ਦੂਜੇ ਨੂੰ ਪਿੱਛੇ ਕੱਟਣਾ ਹੈ, ਮੈਂ ਦੂਜੇ ਨੂੰ ਨੀਵਾਂ ਦਿਖਾਉਣਾ ਹੈ, ਮੈਂ ਦੂਜੇ ਨੂੰ ਨੀਵਾਂ ਦਿਖਾ ਕੇ ਉਹਦੇ ਕੋਲ ਉਹਦਾ ਹੱਕ ਮਾਰਨਾ ਹੈ, ਉਹਦਾ ਹੱਕ ਖੋਣਾ ਹੈ, ਫਿਰ ਉਹ ਬੁੱਧੀ ਉਹ ਸਿਆਣਪ ਕਿਸੇ ਕੰਮ ਦੀ ਨਹੀਂ। ਅੱਜ ਮਨੁੱਖ ਤਰੱਕੀ ਬਹੁਤ ਕਰ ਗਿਆ, ਸਿਆਣਪ ਬੜੀ ਹੈ, ਅੱਖ ਫੋਰ ਵਿੱਚ ਕਿਤੇ ਦੀ ਕਿਤੇ ਘੁੰਮ ਕੇ ਆ ਜਾਂਦਾ ਹੈ, ਪਰ ਗਵਾਂਢੀ ਦੇ ਦਿਲ ਤੱਕ ਨਹੀਂ ਪਹੁੰਚ ਪਾਉਂਦਾ, ਆਪਣੇ ਮਾਂ ਬਾਪ ਦੇ ਦਿਲ ਤੱਕ ਨਹੀਂ ਪਹੁੰਚ ਪਾਉਂਦਾ, ਆਪਣੇ ਜੀਵਨ ਸਾਥੀ, ਆਪਣੇ ਬੱਚਿਆਂ ਦੇ ਦਿਲ ਤੱਕ ਨਹੀਂ ਉਤਰ ਪਾਉਂਦਾ। ਦੁਨੀਆਂ ਤੇ ਘੁੰਮ ਆਉਂਦਾ ਹੈ ਪਰ ਕਿਸੇ ਦੇ ਦਿਲ ਤੱਕ ਨਹੀਂ ਪਹੁੰਚ ਪਾਉਂਦਾ। ਇੱਕੋ ਛੱਤ ਦੇ ਥੱਲੇ ਰਹਿਣ ਵਾਲੇ ਦੋ ਇਨਸਾਨ ਦਿਲ ਕਰਕੇ ਇੱਕ ਦੂਜੇ ਤੋਂ ਮੀਲਾਂ ਦੂਰ ਹੋ ਜਾਂਦੇ ਨੇ। ਸਿਆਣਪ ਤੇ ਬੜੀ ਹੈ ਪਰ ਸਿਆਣਪ ਦਾ ਲਾਭ ਕੋਈ ਨਹੀਂ। ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੂੰ ਮੈਂ ਅੰਧੇਰੇ ਹੈ, ਸੜਕੋਂ ਪੇ ਉਜਾਲੇ ਹੈ, ਬਾਹਰੋਂ ਤੇ ਖੂਬ ਲਾਈਟਾਂ ਲਗਾ ਦਿੱਤੀਆਂ, ਅੰਦਰ ਦਿਲ ਹਨੇਰੇ ਚ ਚਲੇ ਗਏ। ਗੁਰੂ ਗਿਆਨ ਤੋਂ ਬਿਨਾਂ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਅਸੀਂ ਆਪਣੀ ਸਿਆਣਪ ਨੂੰ ਕਿਵੇਂ ਵਰਤਣਾ ਹੈ, ਇਸ ਦੁਨੀਆਂ ਨੂੰ ਖੂਬਸੂਰਤ ਕਿਵੇਂ ਬਣਾਉਣਾ ਹੈ, ਅਸੀਂ ਕਿਸੇ ਦੀ ਮਦਦ ਕਿਵੇਂ ਕਰਨੀ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਗੁਰੂ ਨੇ ਆਹ ਰਸਤਾ ਦੱਸਿਆ। ਮਿਹਨਤ ਤੋਂ ਕਰਦਿਆਂ ਘਾਲ ਨਾ ਕਮਾਉਣੇ, ਪਰ ਘਾਲ ਨਾ ਕਮਾ ਕੇ ਸਿਰਫ ਸਵਾਰਥੀ ਨਾ ਬਣ ਜਾਈ, ਆਪਣੇ ਵੀ ਜੋੜ ਨਾਲ ਸ਼ੁਰੂ ਕਰ ਦੇਈ, ਕਿਸੇ ਹੋਰ ਨੂੰ ਵੀ ਦੇ ਦੇਈ, ਕਿਸੇ ਲੋੜਵੰਦ ਦੀ ਵੀ ਮਦਦ ਕਰ ਦੇਈ, ਤਾਂ ਹੀ ਤੇਰੀ ਕਿਰਤ ਦਾ ਫਾਇਦਾ ਹੈ।
ਮਨੁੱਖ ਕੋਲ ਇੰਨੀ ਸਫਲਤਾ ਹੋਵੇ ਕਿ ਅੱਖ ਪਲਕ ਝਪਕਣ ਜਿਤਨੇ ਸਮੇਂ ਦੇ ਵਿੱਚ ਉਹ ਪਹਾੜਾਂ ਨੂੰ ਚੱਕਰ ਲਾਵੇ, ਦੀਪਾਂ ਲੋਹਾਂ ਤੱਕ ਚੱਕਰ ਲਾਵੇ, ਆਕਾਸ਼ਾਂ ਨੂੰ ਘੁੰਮਾਵੇ, ਪਰ ਗੁਰੂ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ। ਗਛੇਣ ਨੈਣ ਪਾਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ, ਇਹ ਨਾਨਕ ਗੁਰੂ ਤੋਂ ਬਿਨਾਂ ਜੀਵਨ ਸਫਲ ਨਹੀਂ, ਗੁਰੂ ਦੱਸੇਗਾ ਇਸ ਜੀਵਨ ਨੂੰ ਸਫਲ ਕਿਵੇਂ ਕਰਨਾ ਹੈ। ਗੁਰੂ ਤਰੀਕਾ ਦੱਸੇਗਾ ਕਿ ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕਿ ਕਿਆ ਤੂੰ ਵਿਕਰਮ ਕਮਾਇਆ, ਕਿਉਂ ਹੈ ਦੁਨੀਆ ਤੇ, ਕੀ ਕਰਨਾ ਹੈ। ਜੇ ਦੁਨੀਆ ਤੇ ਆਏਗੀ ਹੈ ਫਿਰ ਸੰਸਾਰ ਦਾ ਭਲਾ ਕਰੀ, ਸਮਾਜ ਦੀ ਸੇਵਾ ਕਰੀ, ਤੇਰੇ ਅੰਦਰ ਦਇਆ ਹੋਵੇ, ਸਤ ਹੋਵੇ, ਸੰਤੋਖ ਹੋਵੇ, ਇਹਨਾਂ ਅੱਖਾਂ ਦੇ ਨਾਲ ਸਾਰਿਆਂ ਚ ਰੱਬ ਦੇਖੀ, ਕੰਨਾਂ ਨਾਲ ਸੱਚ ਸੁਣੀ, ਜ਼ਬਾਨ ਨਾਲ ਸੱਚ ਬੋਲੀ, ਹੱਥਾਂ ਨਾਲ ਸਮਾਜ ਦੀ ਸੇਵਾ ਕਰੀ, ਹੱਥਾਂ ਨਾਲ ਸੰਸਾਰ ਦੀ ਸੇਵਾ ਕਰੀ। ਇਸ ਸਰੀਰ ਦਾ ਲਾਭ ਤਾਂ ਹੀ ਹੋਏਗਾ ਜੇ ਸਰੀਰ ਕਿਸੇ ਨੂੰ ਫਾਇਦਾ ਦੇਗਾ, ਕਿਸੇ ਦਾ ਭਲਾ ਕਰੇਗਾ, ਨਹੀਂ ਤੇ ਇਹਨੇ ਚਲੇ ਹੀ ਜਾਣਾ ਹੈ। ਜਾਣੋ ਸਤ ਹੋਵਨ ਤੋ ਮਰਣੋ, ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ, ਭਲੰਤ ਨਾਨਕ ਸਾਧ ਸੰਗੇ। ਜਾਣੋ ਸਤ, ਸਤ ਮੈਨੇ ਸੱਚ, ਅਟਲ ਅਟਲ ਜਾਣੋ, ਹਵਨ ਤੋਂ ਮਰਨੋ ਕਿ ਮੌਤ ਆਉਣੀ ਹੀ ਆਉਣੀ ਹੈ, ਮੌਤ ਨੇ ਹੋਣਾ ਹੀ ਹੋਣਾ ਹੈ। ਦ੍ਰਿਸ਼ਟੇਣ ਮਿਥਿਆ, ਦ੍ਰਿਸ਼ਟੇਣ ਮੈਨੇ ਜੋ ਨਜ਼ਰ ਆ ਰਿਹਾ ਹੈ ਉਹ ਮਿਥਿਆ ਹੈ, ਮੈਨੇ ਨਾਸ਼ਵਾਨ ਹੈ, ਅੱਜ ਹੈ ਕੱਲ ਨਹੀਂ ਰਹੇਗਾ। ਕੀਰਤ, ਕੀਰਤ ਦੇ ਤੱਤੇ ਨੂੰ ਆ ਗਈ ਸਿਆਰੀ ਭਾਵ ਕੀਰਤੀ, ਇਸਤਰੀ ਲਿੰਗ ਤਤਸਮ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਸਾਥ, ਸਾਥ ਮੈਨੇ ਨਾਲ, ਜਦੋਂ ਸੰਬੰਧਕ ਆਉਂਦੇ ਆਖਰੀ ਅੱਖਰ ਨੂੰ ਸਿਆਰੀ ਲੈ ਕੇ ਆਉਂਦੇ, ਇੱਥੇ ਸਾਥ ਪ੍ਰਪੋਜੀਸ਼ਨ ਹੈ ਸੰਬੰਧਕ ਹੈ, ਮੇਰੇ ਨਾਲ ਚਲੰਥੋ ਮੈਨੇ ਜਾਂਦੀ ਹੈ, ਕੀਰਤੀ ਨਾਲ ਜਾਂਦੀ ਹੈ, ਸਿਫਤ ਸਲਾਹ ਨਾਲ ਤੁਰਦੀ ਹੈ, ਭਣੰਤ ਨਾਨਕ, ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਇਹ ਗੱਲ, ਭਣੰਤ ਮੈਨੇ ਆਖਦੇ ਹਨ, ਭਣੰਤ ਨਾਨਕ ਸਾਧ ਸੰਗੇਣ, ਸਾਧੂ ਦੇ ਸੰਗਤ ਦੇ ਰਾਹੀਂ, ਗੁਰੂ ਦੀ ਸੰਗਤ ਦੇ ਰਾਹੀਂ। ਜਾਣੋ ਸਤ ਹਵਨ ਤੋਂ ਮਰਨੋ, ਕਹਿਣਗੇ ਮਰਨਾ ਸੱਚ, ਇਸ ਗੱਲ ਨੂੰ ਜਾਣ ਲਓ ਕਿ ਜੀਵਨ ਜਿਹੜਾ ਮਿਲਿਆ ਇਹਨੇ ਚਲੇ ਜਾਣਾ ਹੈ, ਇਸ ਤੋਂ ਪਹਿਲਾਂ ਕਿ ਜੀਵਨ ਸਫਲ ਹੋ ਜਾਏ। ਮਿਲਿਆ ਤੇ ਹੈ ਪਰ ਕਿਤੇ ਵਿਅਰਥ ਨਾ ਦੁਨੀਆ ਤੋਂ ਚਲਾ ਜਾਏ, ਇਸ ਜੀਵਨ ਨੂੰ ਸਫਲ ਕਰ ਲਈ, ਕਿਸੇ ਦੇ ਕੰਮ ਆ ਜਾਏ ਤੂੰ, ਕਿਸੇ ਦੇ ਕੰਮ ਆਏਗਾ ਫਿਰ ਸਫਲ ਹੈ। ਦ੍ਰਿਸ਼ਟੇਣ ਮਿਥਿਆ, ਨਹੀਂ ਤੇ ਜੋ ਕੁਛ ਨਜ਼ਰ ਆ ਰਿਹਾ ਹੈ ਉਹ ਸਾਰਾ ਕੁਛ ਨਾਸ਼ ਹੈ, ਉਹ ਸਾਰਾ ਕੁਛ ਨਾਸ਼ਵਾਨ, ਉਹ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਇਸ ਜੀਵਨ ਨੂੰ ਸਮਝ ਲਿਓ, ਇਸ ਮਨੁੱਖਾ ਜੀਵਨ ਨੂੰ ਸਫਲ ਕਰ ਲਿਓ। ਜੀਵਨ ਨੂੰ ਸਫਲ ਕਰਨ ਦਾ ਭਾਵ ਕਿ ਇੱਕ ਮੌਕਾ ਮਿਲਿਆ, ਚਾਂਸ ਮਿਲਿਆ, ਜਿਸ ਮਨੁੱਖਾ ਜੀਵਨ ਦੇ ਨਾਲ ਇਸ ਸਮਾਜ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ, ਸਾਰਿਆਂ ਵਿੱਚ ਰੱਬ ਦੇਖ ਕੇ ਉਸ ਰੱਬ ਨਾਲ ਜੁੜਿਆ ਜਾ ਸਕਦਾ ਹੈ। ਕੀਰਤ ਸਾਥ ਚਲੰਥੋ, ਇਸੇ ਕਰਕੇ ਲਫ਼ਜ਼ ਕਹਿ ਦਿੱਤਾ ਕਿ ਸਿਫਤ ਸਲਾਹ ਇਹ ਨਾਲ ਨਿਭਦੀ ਹੈ। ਸਿਫਤ ਸਲਾਹ, ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦਾ ਨਾਮ ਹਮੇਸ਼ਾ ਨਾਲ ਨਿਭਦਾ ਹੈ, ਤੇ ਪ੍ਰਭੂ ਦਾ ਨਾਮ ਕੀ ਹੈ? ਪ੍ਰਭੂ ਦੇ ਗੁਣ ਜੀਵਨ ਵਿੱਚ ਇਹਨਾਂ ਨੇ ਨਾਲ ਨਿਭਣਾ, ਬਾਕੀ ਹਰ ਚੀਜ਼ ਨੇ ਸਾਥ ਛੱਡ ਜਾਣਾ। ਸੱਚ ਨੇ ਨਾਲ ਤੁਰਨਾ ਹੈ, ਪ੍ਰੇਮ ਨੇ ਇਸ ਜਗਤ ਵਿੱਚ ਨਿਭਣਾ ਹੈ, ਦਇਆ ਨੇ ਸਾਥ ਦੇਣਾ ਹੈ, ਮਿੱਠੇ ਬੋਲਾਂ ਨੇ ਜੀਵਨ ਵਿੱਚ ਸਾਥ ਦੇਣਾ ਹੈ, ਇਹ ਜੀਵਨ ਚ ਨਾਲ ਤੁਰਦੀ ਹੈ। ਹਰ ਕਦਮ ਤੇ ਰੱਬੀ ਕੀਰਤੀ, ਰੱਬੀ ਗੁਣ, ਰੱਬੀ ਨਾਮ ਸਹਾਇਤਾ ਦਿੰਦੇ ਨੇ। ਕੀਰਤ ਸਾਥ ਚਲੰਥੋ, ਇਸ ਤੋਂ ਪਹਿਲਾਂ ਕਿ ਜੀਵਨ ਨਾਸ਼ ਹੋ ਜਾਏ ਇਸ ਰੱਬੀ ਗੁਣ ਨੂੰ ਜੀਵਨ ਚ ਧਾਰਨ ਕਰ ਲਓ, ਰੱਬੀ ਗੁਣਾਂ ਨਾਲ ਸਾਂਝ ਪਾ ਲਓ, ਇਹਨੇ ਹਰ ਕਦਮ ਸਾਥ ਦੇਣਾ, ਜ਼ਿੰਦਗੀ ਦੇ ਹਰ ਮੋੜ ਤੇ ਸਾਥ ਦੇਣਾ। ਜਦੋਂ ਮਨੁੱਖ
ਬੁਢਾਪੇ ਚ ਆ ਜਾਂਦਾ ਹੈ, ਮੌਤ ਨੇੜੇ ਆਉਂਦੀ ਹੈ, ਉਦੋਂ ਯਾਦ ਆਉਂਦਾ ਹੈ ਉਹ ਮੈਂ ਆਪਣੇ ਜੀਵਨ ਉੱਤੇ ਵਿਅਰਥ ਗਵਾ ਲਿਆ, ਮੈਂ ਜੀਵਨ ਤੇ ਵਿਅਰਥ ਗਵਾ ਬੈਠਾ ਵਾ। ਉਦੋਂ ਜਾ ਕੇ ਪਤਾ ਲੱਗਦਾ ਹੈ ਕਿ ਜੀਵਨ ਤੇ ਮੇਰਾ ਵਿਅਰਥ ਹੋ ਰਿਹਾ। ਤੀਰਥ ਸਾਥ ਚਲਨ ਤੋਂ ਜਿਹੜੀ ਕੀਰਤੀ ਹੈ, ਰੱਬੀ ਸਿਫਤ ਸਲਾਹ ਇਹ ਨਾਲ ਤੁਰਨ ਵਾਲੀ ਹੈ। ਕੀਰਤ ਸਾਥ ਚਲਨ ਤੋਂ ਭਾਵ ਰੱਬੀ ਗੁਣ ਹਮੇਸ਼ਾ ਸਾਥ ਦਿੰਦੇ ਨੇ, ਤੇ ਰੱਬੀ ਗੁਣਾਂ ਦੇ ਨਾਲ ਹੀ ਜੀਵਨ ਵਿੱਚ ਸਫਲਤਾ ਹੈ। ਇਹ ਕੀਰਤੀ ਕਿਵੇਂ ਸਾਥ ਦਿੰਦੀ ਹੈ, ਰੱਬੀ ਗੁਣ ਕਿਵੇਂ ਸਾਥ ਦਿੰਦੇ ਨੇ? ਮਨੋ ਮੈਂ ਇੱਥੇ ਇੰਗਲੈਂਡ ਬੈਠਾ, ਲੰਡਨ ਬੈਠਾ, ਮੈਂ ਝੂਠ ਬੋਲਣ ਲੱਗਿਆ, ਮੇਰੇ ਮਾਂ ਬਾਪ ਨੇ ਮੈਨੂੰ ਰੋਕਣ ਨਹੀਂ ਆਉਣਾ ਕਿ ਪੁੱਤਰ ਝੂਠ ਨਾ ਬੋਲ, ਉਹਨਾਂ ਨੂੰ ਤਾਂ ਪਤਾ ਵੀ ਨਹੀਂ। ਇੱਥੇ ਗੁਰੂ ਦਾ ਗਿਆਨ ਮੇਰੀ ਅਗਵਾਈ ਕਰੇਗਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਸੱਚ ਸਾਥ ਦੇਗਾ ਮੇਰਾ। ਜਿੱਥੇ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਗਰੀਬ ਦਾ ਹਾਕਮ ਮਾਰਨ ਲੱਗਾ, ਉੱਥੇ ਪ੍ਰਭੂ ਦੀ ਕੀਰਤੀ, ਪ੍ਰਭੂ ਦਾ ਨਾਮ, ਸਬਰ, ਸੰਤੋਖ, ਰੱਬੀ ਗੁਣ ਮੇਰਾ ਸਾਥ ਦੇਣਗੇ। ਗੁਰੂ ਦਾ ਗਿਆਨ ਆਵਾਜ਼ ਮਾਰ ਕੇ ਕਹੇਗਾ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜਿੱਥੇ ਕੋਈ ਦੁਖਿਆਰਾ ਹੋਏਗਾ, ਉੱਥੇ ਪ੍ਰਭੂ ਦਾ ਨਾਮ ਜਿਹੜਾ ਦਿਆਲੂ ਹੈ, ਦਇਆ ਦਾ ਗੁਣ ਮੇਰੇ ਨਾਲ ਤੁਰੇਗਾ, ਮੈਂ ਕਿਸੇ ਤੇ ਦਇਆ ਕਰਾਂਗਾ, ਸਮਾਜ ਚ ਖੁਸ਼ੀ ਫੈਲਾਵਾਂਗਾ। ਕੀਰਤੀ ਜਿਹੜੀ ਨਾਲ ਨਿਭਦੀ ਹੈ, ਰੱਬੀ ਗੁਣ ਜਿਹੜੇ ਨੇ ਨਾਲ ਨਿਭਦੇ ਨੇ, ਔਰ ਜਿਹੜੇ ਇਸ ਮਨੁੱਖਾ ਜੀਵਨ ਦੇ ਅਵਸਰ ਨੂੰ ਸਾਂਭ ਲੈਂਦੇ ਨੇ, ਜੀਵਨ ਦੇ ਸਫ਼ਰ ਦੇ ਵਿੱਚ ਇਹਨਾਂ ਗੁਣਾਂ ਨੂੰ ਵਰਤ ਲੈਂਦੇ ਨੇ, ਉਹਨਾਂ ਦਾ ਜੀਵਨ ਸੁਖੀ ਤੇ ਸ਼ਾਂਤ ਹੋ ਜਾਂਦਾ ਹੈ। ਪਰ ਜਿਹੜੇ ਜੀਵਨ ਦੇ ਵਿੱਚ ਨਿੰਦਿਆ, ਚੁਗਲੀ, ਝੂਠ, ਕ੍ਰੋਧ, ਬੇਈਮਾਨੀ ਚ ਆਪਣੇ ਮਨੁੱਖਾ ਜੀਵਨ ਨੂੰ ਗਵਾ ਜਾਂਦੇ ਨੇ, ਮਰਨ ਲੱਗਿਆ ਪਛਤਾਵਾ ਰਹਿ ਜਾਂਦਾ, ਮੈਂ ਸਮਾਜ ਵਿੱਚ ਆਇਆ ਕੁਛ ਕਰਕੇ ਨਹੀਂ ਜਾ ਸਕਿਆ, ਮੈਂ ਸਾਰਿਆਂ ਵਿੱਚ ਰੱਬ ਦੇ ਦਰਸ਼ਨ ਨਹੀਂ ਕਰ ਸਕਿਆ, ਮੈਂ ਰੱਬ ਦੀ ਸੇਵਾ ਨਹੀਂ ਕਰ ਸਕਿਆ, ਮੈਂ ਰੱਬ ਨੂੰ ਮਿੱਠਾ ਨਹੀਂ ਬੋਲ ਸਕਿਆ। ਅਵਸਰ ਇਹਨਾਂ ਮਨੁੱਖਾ ਜੀਵਨ ਪੂਰੇ ਨੂੰ ਸੰਭਾਲਣਾ ਸੀ। ਕੋਈ ਮੂਰਤੀਕਾਰ ਬੜੀਆਂ ਅਜੀਬ ਕਿਸਮ ਦੀਆਂ ਮੂਰਤੀਆਂ ਬਣਾਉਂਦਾ ਸੀ, ਅਜੀਬ ਕਿਸਮ ਦੀਆਂ ਮੂਰਤੀਆਂ ਬਣਾਉਣੀਆਂ ਉਹਨੇ, ਤੇ ਉਹਨਾਂ ਮੂਰਤੀਆਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਛਿਪਿਆ ਹੁੰਦਾ ਸੀ। ਜਿਹੜੀ ਵੀ ਉਹਨੇ ਕੋਈ ਮੂਰਤੀ ਬਣਾਉਣੀ ਉਹਦੇ ਪਿੱਛੇ ਇੱਕ ਸੁਨੇਹਾ ਹੁੰਦਾ ਸੀ। ਕੋਈ ਆਦਮੀ ਉਸ ਮੂਰਤੀਆਂ ਦੀ ਦੁਕਾਨ ਤੇ ਗਿਆ ਮੂਰਤੀਆਂ ਨੂੰ ਦੇਖਣ ਵਾਸਤੇ, ਉਹਨੇ ਇੱਕ ਮੂਰਤੀ ਦੇਖੀ, ਉਸ ਮੂਰਤੀ ਦੇ ਚਿਹਰੇ ਅੱਗੇ ਕਾਲੇ ਕੇਸ ਆਏ ਹੋਏ ਸਨ, ਵਾਲ ਆਏ ਹੋਏ ਸਨ। ਉਹ ਆਦਮੀ ਬੜਾ ਹੈਰਾਨ ਹੋਇਆ ਕਿ ਮੂਰਤੀਕਾਰ ਨੇ ਇੰਨੀ ਸੋਹਣੀ ਮੂਰਤੀ ਵੀ ਬਣਾਈ, ਅੱਗੇ ਕੇਸ, ਤੇ ਜੇ ਪਤਾ ਹੀ ਨਹੀਂ ਮੂਰਤੀ ਕਿਹਦੀ ਹੈ ਫਿਰ ਬਣਾਉਣ ਦੀ ਲੋੜ ਹੀ ਕੀ ਸੀ, ਜੇ ਚਿਹਰੇ ਦੇ ਅੱਗੇ ਵਾਲ ਹੀ ਲੈ ਕੇ ਆਣੇ ਸੀ ਫਿਰ ਮੂਰਤੀ ਬਣਾਉਣ ਦਾ ਫਾਇਦਾ ਕੀ, ਪਤਾ ਤੇ ਲੱਗਦਾ ਨਹੀਂ ਕਿਹਦੀ ਮੂਰਤੀ ਹੈ, ਬੜੀ ਅਜੀਬ ਮੂਰਤੀ ਬਣਾਈ। ਉਸ ਮੂਰਤੀ ਨੂੰ ਦੇਖਦਿਆਂ ਦੇਖਦਿਆਂ ਉਹ ਆਦਮੀ ਦੀ ਨਜ਼ਰ ਜਿਹੜੀ ਹੈ ਮੂਰਤੀ ਦੇ ਪੈਰਾਂ ਵੱਲ ਚਲੀ ਗਈ, ਹੋਰ ਹੈਰਾਨ ਹੋਇਆ ਕਿ ਉਸ ਮੂਰਤੀ ਦੇ ਪੈਰ ਹੀ ਨਹੀਂ, ਪੈਰਾਂ ਦੀ ਥੱਤ ਤੇ ਖੰਭ ਲੱਗੇ ਹੋਏ ਨੇ। ਬੜਾ ਹੈਰਾਨ ਹੋਇਆ, ਕਹਿੰਦਾ ਕਿ ਕਿਹੋ ਜਿਹੀ ਅਜੀਬ ਮੂਰਤੀ ਬਣਾਈ। ਉਹਨੇ ਚਾਰ ਚੁਫੇਰੇ ਮੂਰਤੀ ਨੂੰ ਘੁੰਮ ਕੇ ਦੇਖਿਆ, ਮੂਰਤੀ ਦੇ ਪਿੱਛੇ ਗਿਆ ਤੇ ਦੇਖਿਆ ਸਿਰ ਦੇ ਪਿੱਛੇ ਵਾਲ ਹੀ ਨਹੀਂ, ਗੰਜ ਹੈ, ਉੱਤੋਂ ਰਹਿ ਨਹੀਂ ਹੋਇਆ। ਉਹਨੇ ਮੂਰਤੀਕਾਰ ਨੂੰ ਪੁੱਛ ਹੀ ਲਿਆ ਇਹ ਮੂਰਤੀ ਕਿਹਦੀ ਬਣਾਈ ਹੈ, ਕਿਵੇਂ ਪਛਾਣ ਹੋਵੇ ਚਿਹਰੇ ਅੱਗੇ ਤੇ ਕੇਸ ਹੈ, ਕਿਹਦੀ ਮੂਰਤੀ ਬਣਾਈ ਹੈ? ਉਹ ਮੂਰਤੀਕਾਰ ਕਹਿਣ ਲੱਗਾ ਇਹ ਮੂਰਤੀ ਹੈ ਅਵਸਰ ਦੀ, ਇਹ ਮੂਰਤੀ ਹੈ ਚਾਂਸ, ਇਹ ਮੂਰਤੀ ਹੈ ਮੌਕੇ ਦੀ, ਸਮੇਂ ਦੀ ਮੂਰਤੀ ਹੈ, ਮਨੁੱਖਾ ਜੀਵਨ ਦੀ ਮੂਰਤੀ ਹੈ। ਜਦੋਂ ਸਾਨੂੰ ਜੀਵਨ ਵਿੱਚ ਕੀਮਤੀ ਮੌਕਾ ਮਿਲਦਾ ਹੈ ਅਸੀਂ ਉਸ ਅਵਸਰ ਨੂੰ ਪਛਾਣ ਹੀ ਨਹੀਂ ਪਾਉਂਦੇ, ਇਸੇ ਕਰਕੇ ਇਹਦੇ ਅੱਗੇ ਕੇਸ ਨੇ। ਇਹ ਅਵਸਰ ਦੀ ਮੂਰਤੀ ਹੈ, ਪਛਾਣ ਹੀ ਨਹੀਂ ਜਾਂਦੀ। ਜਦੋਂ ਸਾਹਮਣੇ ਅਵਸਰ ਮਿਲਦਾ ਹੈ ਸਾਨੂੰ ਉਦੋਂ ਅਸੀਂ ਉਹਨੂੰ ਪਛਾਣ ਨਹੀਂ ਪਾਉਂਦੇ ਕਿਉਂਕਿ ਉਹਦਾ ਅਵਸਰ ਦਾ ਚਿਹਰਾ ਢੱਕਿਆ ਹੁੰਦਾ ਹੈ।
ਉਹ ਆਦਮੀ ਕਹਿਣ ਲੱਗਾ ਪਰ ਇਹਦੇ ਪੈਰਾਂ ਦੀ ਥਾਂ ਤੇ ਖੰਭ ਕਿਉਂ ਲਾਏ ਨੇ? ਕਹਿਣ ਲੱਗਾ ਖੰਭ ਇਸ ਕਰਕੇ ਲਾਏ ਨੇ ਕਿ ਜਦੋਂ ਮਨੁੱਖ ਨੂੰ ਪਛਾਣ ਆਉਂਦੀ ਹੈ ਨਾ ਵੀ ਤੇ ਅਵਸਰ ਹੈ, ਜਦੋਂ ਤੱਕ ਪਛਾਣ ਆਉਂਦੀ ਹੈ ਤਦ ਤੱਕ ਅਵਸਰ ਉੱਡ ਜਾਂਦਾ ਹੈ। ਜੇ ਪੈਰ ਹੁਣ ਦੌੜੇ ਤੇ ਕੋਈ ਮਿਲਖਾ ਸਿੰਘ ਵਰਗਾ ਪਿੱਛੋਂ ਫੜ ਕੇ ਦੌੜ ਕੇ ਇਹਨੂੰ ਫੜ ਲਵੇ, ਕੋਈ ਪੀਟੀ ਊਸ਼ਾ ਵਰਗੀ ਔਰਤ ਪਿੱਛੋਂ ਦੌੜ ਕੇ ਇਹਨੂੰ ਫੜ ਲਵੇ, ਪਰ ਇਹ ਦੌੜਦਾ ਨਹੀਂ ਅਵਸਰ, ਇਹ ਉੱਡਦਾ ਹੈ। ਜਿੰਨੇ ਚਿਰ ਨੂੰ ਪਛਾਣ ਆਣੀ ਹੈ ਤਦ ਤੱਕ ਇਹਨੇ ਉੱਡ ਜਾਣਾ ਹੈ। ਉਹ ਆਦਮੀ ਕਹਿਣ ਲੱਗਾ ਪਰ ਪਿੱਛੇ ਦੇ ਵਾਲ ਨਹੀਂ ਲਗਾਏ, ਗੰਜ ਬਣਾਈ ਹੈ? ਕਹਿਣ ਲੱਗਾ ਇਸ ਕਰਕੇ ਬਣਾਈ ਹੈ ਜਦੋਂ ਅਵਸਰ ਉੱਡਦਾ ਹੈ ਨਾ ਤੇ ਪਿੱਛੋਂ ਕੋਈ ਫੜਨਾ ਵੀ ਚਾਹੇ ਕੇਸਾਂ ਤੋਂ ਤੇ ਹੱਥ ਨਹੀਂ ਆਉਂਦਾ ਅਵਸਰ, ਪਿੱਛੇ ਗੰਜ ਹੱਥ ਆਉਂਦੀ ਹੈ, ਹੱਥਾਂ ਚੋਂ ਫਿਸਲ ਜਾਂਦਾ ਹੈ। ਇਹ ਸਮਾਂ ਹੈ ਮਨੁੱਖਾ ਜੀਵਨ, ਜਦੋਂ ਕੀਮਤੀ ਸਮਾਂ ਮਿਲਦਾ ਹੈ, ਅਵਸਰ ਮਿਲਦਾ ਹੈ, ਮੌਕਾ ਮਿਲਦਾ ਹੈ, ਉਦੋਂ ਸਾਨੂੰ ਪਛਾਣ ਨਹੀਂ ਆਉਂਦੀ। ਜਿੰਨਾ ਚਿਰ ਨੂੰ ਪਛਾਣ ਆਉਂਦੀ ਹੈ ਤਦ ਤੱਕ ਅਵਸਰ ਉੱਡ ਜਾਂਦਾ ਹੈ ਤੇ ਪਿੱਛੋਂ ਫੜਦੇ ਹੱਥੋਂ ਨਿਕਲ ਜਾਂਦਾ ਹੈ। ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਤੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹਨੂੰ ਸਤਿਗੁਰ ਪਾਤਸ਼ਾਹ ਦੀ ਬਾਣੀ ਨੇ ਕਿਹਾ ਕਿ ਜਿੰਨਾ ਚਿਰ ਬੁਢਾਪਾ ਨਹੀਂ ਆਇਆ ਇਸ ਜੀਵਨ ਨੂੰ ਸਫਲ ਕਰ ਲੈ, ਜਿੰਨਾ ਚਿਰ ਜ਼ਬਾਨ ਬੋਲ ਸਕਦੀ ਬੰਦ ਨਹੀਂ ਹੋਈ ਬੋਲਣੋਂ, ਉਹਨਾਂ ਚਿਰ ਰੱਬ ਦੀ ਸਿਫਤ ਸਲਾਹ ਕਰ ਲੈ, ਮਿੱਠੇ ਬੋਲ ਬੋਲ ਲੈ, ਜਿੰਨਾ ਚਿਰ ਤੱਕ ਮੌਤ ਨਹੀਂ ਆਈ ਇਸ ਜੀਵਨ ਦਾ ਲਾਭ ਲੈ ਲੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ ਆਹੀ ਲਾਭ ਹੈ ਕਿ ਜਿੰਨਾ ਚਿਰ ਤੱਕ ਮੌਤ ਨਹੀਂ ਆਈ ਉਨਾ ਚਿਰ ਜੀਵਨ ਸਫਲ ਕਰ ਲੈ, ਨਹੀਂ ਤੇ ਜੋ ਕੁਛ ਨਜ਼ਰ ਆਉਂਦਾ ਹੈ ਨਾਸ਼ਵਾਨ ਹੈ, ਜਾਣੋ ਸਤ ਹੋਣ ਤੋਂ ਮਰਨੋ। ਮੌਤ ਨੂੰ ਸੱਚ ਸਮਝੋ, ਅਟਲ ਹੈ ਦ੍ਰਿਸ਼ਟੇਣ ਮਿੱਥਿਆ, ਦਿਸਦਾ ਨਜ਼ਰ ਨਾਸ਼ ਹੋ ਜਾਣ ਵਾਲਾ ਹੈ, ਕੀਰਤ ਸਾਥ ਚਲੰਥੋ। ਜਿਹੜੀ ਰੱਬੀ ਕੀਰਤੀ ਹੈ, ਰੱਬੀ ਗੁਣ ਨੇ, ਉਹਦਾ ਨਾਮ, ਇਹ ਮਨੁੱਖ ਦੇ ਨਾਲ ਤੁਰਦੇ ਨੇ, ਹਰ ਕਦਮ ਨਾਲ ਨਿਭਦੇ ਨੇ, ਪੜੰਤ ਨਾਨਕ ਸਾਧ ਸੰਗੀਣ, ਮਿਲਦੇ ਕਿੱਥੋਂ ਨੇ? ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਸਾਧ ਸੰਗਤ ਵਿੱਚੋਂ, ਗੁਰਮੁਖ ਜਨਾਂ ਦੀ ਸੰਗਤ ਵਿੱਚੋਂ, ਚੰਗੇ ਇਨਸਾਨਾਂ ਦੀ ਸੰਗਤ ਵਿੱਚੋਂ ਇਹ ਗੁਣ ਪ੍ਰਾਪਤ ਹੁੰਦੇ ਨੇ। ਮਾਇਆ ਚਿੱਤ ਪ੍ਰਮੇਣ ਇਸ਼ਟ ਮਿਥਰੇਖ ਬਾਂਧਵੈ, ਲਿਬਧੰ ਸਾਧ ਸੰਗੇਣ, ਨਾਨਕ ਸੁਖ ਅਸਥਾਨੰ ਗੋਪਾਲ ਭਜਣੰ। ਮਾਇਆ ਚਿੱਤ ਪ੍ਰਮੇਣ, ਪਰ ਮਨੁੱਖ ਦਾ ਮਨ ਜਿਹੜਾ ਨਾ ਉਹ ਮਾਇਆ ਚ ਭਰਮ ਜਾਂਦਾ ਹੈ। ਮਾਇਆ ਕੀ ਹੈ? ਮਾਇਆ ਸੋਚ ਹੈ, ਜਿਹੜੀ ਸਵਾਰਥੀ ਸੋਚ ਹੈ, ਸਿਰਫ ਆਪਣੇ ਲਈ ਸੋਚਣਾ, ਜਿਹਦੇ ਵਿੱਚ ਰੱਬ ਭੁੱਲ ਜਾਂਦਾ ਹੈ, ਸਿਰਫ ਮੋਹ ਪੈਦਾ ਹੋ ਜਾਂਦਾ ਹੈ, ਆਪਣਿਆਂ ਲਈ ਤੇ ਸੋਚਦਾ ਹੈ, ਸਮਾਜ ਲਈ ਕੁਛ ਨਹੀਂ ਸੋਚਦਾ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਹੈ ਮਾਇਆ, ਜਿੱਤ ਹਰ ਵਿਸਰੈ, ਰੱਬ ਭੁੱਲ ਜਾਂਦਾ ਹੈ, ਮੋਹ ਉਪਜੈ ਮੋਹ ਪੈਦਾ ਹੋ ਜਾਂਦਾ ਹੈ, ਅਟੈਚਮੈਂਟ ਸਵਾਰਥੀ ਸੋਚ ਆਪਣੇ ਲਈ ਸੋਚਦੇ, ਭਾਵ ਦੂਜਾ ਲਾਇਆ ਦਵੈਸ਼ ਪਿਆਰ ਵਿੱਚ ਪੈ ਜਾਂਦੇ, ਭਾਵ ਉਹ ਵਾਲੀ ਸੋਚ ਜਿਹੜੀ ਰੱਬ ਨਾਲ ਤੋੜ ਕੇ ਸਾਨੂੰ ਸੈਲਫਿਸ਼ ਬਣਾ ਲੈਂਦੀ ਹੈ, ਉਹ ਹੈ ਮਾਇਆ ਚਿੱਤ ਪ੍ਰਮੇਣ। ਮਾਇਆ ਵਾਲੀ ਸੋਚ ਸਾਡੇ ਚਿੱਤ ਨੂੰ ਪ੍ਰਭਾ ਲੈਂਦੀ ਹੈ। ਇਸ਼ਟ ਮਿੱਤਰੇਖ ਬੰਦਵੈ, ਮਨ ਜਿਹੜੇ ਆਪਣੇ ਖਾਸ ਇਸ਼ਟ ਜਿਹੜੇ ਪਿਆਰੇ ਨੇ, ਇਸ਼ਟ ਮੇਰੇ ਪਿਆਰੇ, ਆਪਣੇ ਖਾਸ ਮਿੱਤਰ, ਆਪਣੇ ਖਾਸ ਰਿਸ਼ਤੇਦਾਰ, ਉਹਨਾਂ ਬਾਰੇ ਹੀ ਸੋਚਦਾ ਫਿਰ, ਬਾਕੀ ਕਿਸੇ ਬਾਰੇ ਨਹੀਂ ਸੋਚਦਾ, ਸਿਰਫ ਆਪਣਿਆਂ ਬਾਰੇ ਸੋਚਦਾ, ਮੋਹ ਪੈਦਾ ਹੋ ਜਾਂਦਾ,
ਸਵਾਰਥੀਪਨ ਜੀਵਨ ਚ ਆ ਜਾਂਦਾ ਹੈ, ਆਪਣਿਆਂ ਲਈ ਤੇ ਸੋਚਦਾ ਹੈ, ਤੇ ਜਿਹਨਾਂ ਲਈ ਸੋਚਦਾ ਹੈ ਮੁੜ ਕੇ ਉਹ ਸਾਥ ਦੇਣ ਨੂੰ ਤਿਆਰ ਨਹੀਂ ਹੁੰਦੇ, ਜਿਹਨੂੰ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੇ ਕਿਹਾ ਕਿ ਕਿੰਨੇ ਵਲ ਛਲ ਕਰਕੇ, ਧੋਖਾ ਧੜੀ ਕਰਕੇ ਧਨ ਕਮਾ ਕੇ ਘਰ ਲੈ ਕੇ ਆਉਂਦਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਆਪਣਾ ਧਨ ਲੈ ਕੇ ਆਵੇ ਤੇ ਗੱਲ ਸਮਝ ਆਉਂਦੀ ਹੈ, ਪਰ ਧਨ ਦੂਜੇ ਦਾ ਧਨ ਲੈ ਕੇ ਆਉਂਦਾ, ਸੁਤਦਾਰਾ ਪੈ ਆਣ ਲੁਟਾਵੇ, ਆਪਣੀ ਪਤਨੀ ਆਪਣੇ ਬੱਚਿਆਂ ਤੇ ਆ ਕੇ ਲੁਟਾਈ ਜਾਂਦਾ, ਹੱਕ ਦੀ ਕਮਾਈ ਦਾ ਲੈ ਕੇ ਆਏ ਕੋਈ ਗੱਲ ਨਹੀਂ, ਪਰ ਜਦੋਂ ਪਰਾਇਆ ਧਨ ਉਹ ਵੀ ਛਲ ਕਰਕੇ ਧੋਖੇ ਦੇ ਨਾਲ ਇਕੱਠਾ ਕਰਕੇ ਲੈ ਕੇ ਆਉਂਦਾ, ਬਹੁ ਪ੍ਰਪੰਚ ਕਰ, ਹੱਕ ਦੀ ਕਮਾਈ ਨਾਲ ਲਿਆਵੇ ਤੇ ਗੱਲ ਵੱਖਰੀ, ਪ੍ਰਪੰਚ ਕਰਕੇ ਧੋਖੇ ਦੇ ਨਾਲ ਪਰ ਧਨ ਲਿਆਵੇ, ਦੂਜੇ ਦਾ ਧਨ ਲੈ ਕੇ ਆਉਂਦਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੇ ਆਣ ਲੁਟਾਵੇ, ਤੇ ਮਨ ਚ ਸੋਚਦਾ ਇਹ ਪਾਪ ਮੈਂ ਪਰਿਵਾਰ ਲਈ ਕੀਤੇ ਨੇ, ਪਰਿਵਾਰ ਦਾ ਬਰਾਬਰ ਦਾ ਹਿੱਸਾ ਇਹਦੇ ਚ ਪਾਪਾਂ ਚ। ਸਤਿਗੁਰੂ ਕਹਿਣ ਲੱਗੇ ਨਹੀਂ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਦੇਰਾ ਤੇਰੇ ਜੀ ਪੇ ਲਈਜੇ, ਪਾਪ ਤੂੰ ਕੀਤੇ ਨੇ ਭੁਗਣਾ ਵੀ ਤੈਨੂੰ ਪੈਣਾ, ਇਹ ਨਹੀਂ ਕਿ ਮਾਂ ਜਿਹੜੇ ਬੱਚੇ ਨੇ ਮੇਰਾ ਪਰਿਵਾਰ ਉਹ ਬਰਾਬਰ ਦੇ ਭਾਗੀਦਾਰ ਹੋਣਗੇ, ਤੇਰਾ ਫਰਜ਼ ਹੈ ਉਹਨਾਂ ਨੂੰ ਪਾਲਣਾ, ਤੈਨੂੰ ਕਿਸੇ ਨੇ ਪਾਲ ਪੋਸ ਕੇ ਵੱਡਾ ਕੀਤਾ ਹੈ, ਹੁਣ ਤੇਰਾ ਫਰਜ਼ ਹੈ ਤੂੰ ਅੱਗੋਂ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰ, ਹੱਕ ਦੀ ਕਮਾਈ ਨਾਲ ਸੱਚੀ ਸੁੱਚੀ ਕਿਰਤ ਨਾਲ, ਤੇ ਜੇ ਵਲ ਛਲ ਧੋਖਾ ਕਰਕੇ ਕਿਸੇ ਗਰੀਬ ਦਾ ਹੱਕ ਮਾਰ ਕੇ ਲੈ ਕੇ ਆਏ ਉਹਦੇ ਚ ਤੇਰਾ ਪਰਿਵਾਰ ਭਾਗੀਦਾਰ ਨਹੀਂ ਹੈ। ਯਾਦ ਰੱਖ ਜਿਨ੍ਹਾਂ ਦੀ ਖਾਤਰ ਤੂੰ ਪਾਪ ਕਰ ਰਹੇ ਹੈ, ਕਈ ਵਾਰੀ ਉਹ ਲੋਕ ਬੁਢਾਪੇ ਚ ਪਾਣੀ ਵੀ ਦੇਣ ਨੂੰ ਤਿਆਰ ਨਹੀਂ ਹੁੰਦੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ, ਮੁੜ ਕੇ ਕੋਈ ਪਾਣੀ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ। ਮਾਇਆ ਚਿੱਤ ਪ੍ਰਮੇਣ ਇਸ਼ਟ ਮਿਤਰੇਖ ਬੰਦਵੈ, ਰੱਬੀ ਵਿਛੋੜੇ ਵਾਲੀ ਸੋਚ, ਮਾਇਆ ਵਾਲੀ ਸੋਚ ਵਿੱਚ ਮਨੁੱਖ ਇੰਨਾ ਸਵਾਰਥੀ ਹੋ ਜਾਂਦਾ ਹੈ, ਆਪਣੇ ਮਿੱਤਰਾਂ ਆਪਣੇ ਪਿਆਰਿਆਂ ਆਪਣੇ ਰਿਸ਼ਤੇਦਾਰਾਂ ਦੇ ਮੋਹ ਚ ਫਸ ਜਾਂਦਾ ਹੈ। ਲਭਦਿਨ ਸਾਧ ਸੰਗੇਣ ਨਾਨਕ, ਸੁਖ ਸਥਾਨੰ ਗੋਪਾਲ ਭਜਨੰ, ਜੇ ਤੂੰ ਚਾਹੁੰਦਾ ਸੁੱਖ ਵਾਲੀ ਥਾਂ ਮਿਲ ਜਾਏ ਤੇ ਸੁੱਖ ਵਾਲੀ ਥਾਂ ਗੁਰਮੁਖ ਜਨਾਂ ਦੀ ਸੰਗਤ ਚੋਂ ਮਿਲੇਗੀ। ਲਭਦਿਨ ਮਨ ਲੱਭ ਜਾਂਦੀ ਹੈ, ਲੱਭਣ ਯੋਗ ਹੈ, ਸਾਧ ਸੰਗੇਣ ਸਾਧ ਸੰਗਤ ਰਾਹੀਂ ਉਹ ਥਾਂ ਲੱਭੇਗੀ ਨਾਨਕ, ਇੱਥੇ ਸੰਬੋਧਨ ਹੈ ਪਾਵਹਿ ਨਾਨਕ, ਸੁਖ ਅਸਥਾਨੰ ਗੋਪਾਲ ਭਜਨੰ, ਕੇਵਲ ਪ੍ਰਭੂ ਦਾ ਭਜਨ ਗੋਪਾਲ ਦਾ ਭਜਨ ਇੱਕ ਉਹ ਸੁੱਖ ਵਾਲੀ ਥਾਂ ਹੈ ਜਿੱਥੇ ਜਾ ਕੇ ਮਨੁੱਖ ਸੁਖੀ ਹੋ ਸਕਦਾ ਹੈ, ਸਾਧ ਸੰਗਤ ਵਿੱਚ ਗੁਰਮੁਖ ਜਨਾਂ ਦੀ ਸੰਗਤ ਵਿੱਚ ਜੇ ਚਲਾ ਜਾਏ ਤੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਜਾ ਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਕੇ ਉਹ ਜੀਵਨ ਵਿੱਚ ਸੁਖੀ ਹੋ ਸਕਦਾ ਹੈ, ਰੱਬੀ ਪਿਆਰਿਆਂ ਦੀ ਸੰਗਤ ਚ ਰਹੇਗਾ, ਪਰਿਵਾਰ ਵਿੱਚ ਰਹੇਗਾ, ਸੰਸਾਰ ਵਿੱਚ, ਪਰ ਜਦੋਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਜਾਏਗਾ ਉੱਥੇ ਜਾ ਕੇ ਸਮਝ ਪਏਗੀ ਕਿ ਮੈਂ ਆਪਣੇ ਜੀਵਨ ਚ ਸੁੱਖ ਕਿਵੇਂ ਲੈ ਕੇ ਆਉਣਾ ਹੈ, ਰੱਬੀ ਗੁਣਾਂ ਦੇ ਨਾਲ, ਗੋਪਾਲ ਦੇ ਭਜਨ ਦੇ ਨਾਲ, ਪ੍ਰਭੂ ਦੇ ਸਿਮਰਨ ਦੇ ਨਾਲ, ਰੱਬੀ ਗੁਣਾਂ ਦੇ ਨਾਲ ਮੇਰੇ ਜੀਵਨ ਚ ਸੁੱਖ ਆ ਸਕਦਾ ਹੈ, ਤੇ ਜਦੋਂ ਰੱਬੀ ਗੁਣ ਆ ਜਾਂਦੇ ਨੇ ਸੁੱਖ ਆ ਹੀ ਜਾਂਦਾ ਹੈ। ਰੱਬੀ ਗੁਣ ਹੀ ਅਸਲ ਚ ਇਨਸਾਨ ਬਣਾਉਂਦੇ ਨੇ, ਜਿਨ੍ਹਾਂ ਚ ਰੱਬੀ ਗੁਣ ਨਹੀਂ ਹੈ ਸਰੀਰ ਤੇ ਇਨਸਾਨਾਂ ਵਾਲੇ ਕੰਮ ਪਸ਼ੂਆਂ ਵਾਲੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ, ਤੇ ਇਨਸਾਨ ਕਦੋਂ ਹੁੰਦਾ ਹੈ ਜਦੋਂ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਜਦੋਂ ਰੱਬੀ ਗੁਣ ਪੈਦਾ ਹੋ ਜਾਂਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇ ਹੀ ਪਾਈ, ਜਦੋਂ ਰੱਬੀ ਗੁਣ ਪੈਦਾ ਹੁੰਦੇ ਨੇ ਉਦੋਂ ਭਗਤੀ ਹੈ, ਜਦੋਂ ਭਗਤੀ ਹੈ ਉਦੋਂ ਇਨਸਾਨੀਅਤ ਹੈ, ਉਦੋਂ ਇੱਕੋ ਇੱਕ ਤਰੀਕਾ ਹੈ ਕਿ ਰੱਬੀ ਗੁਣ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਿ, ਗੁਰੂ ਦੀ ਮਤ ਲੈ ਕੇ ਸੇਵਾ ਕਰਕੇ
ਆਪਣੇ ਜੀਵਨ ਨੂੰ ਇਨਸਾਨੀਅਤ ਦੇ ਰੂਪ ਵਿੱਚ ਪੇਸ਼ ਕਰਨਾ, ਭਾਵ ਰੱਬੀ ਗੁਣਾਂ ਦੇ ਨਾਲ ਇਨਸਾਨ ਬਣਿਆ ਜਾਂਦਾ ਹੈ, ਹੋਰ ਕੋਈ ਤਰੀਕਾ ਨਹੀਂ। ਤੇ ਜਦੋਂ ਰੱਬੀ ਗੁਣ ਪੈਦਾ ਹੋ ਜਾਂਦੇ ਨੇ ਉਹ ਅਸਲੀ ਇਨਸਾਨ ਹੈ, ਜੇ ਰੱਬੀ ਗੁਣ ਨਹੀਂ ਫਿਰ ਇਨਸਾਨ ਕਾਹਦਾ ਹੈ। ਕਿੰਨੇ ਇਨਸਾਨ ਨੇ ਸਰੀਰਕ ਤੌਰ ਤੇ ਤੰਦਰੁਸਤ ਨੇ, ਸਰੀਰਕ ਤੌਰ ਤੇ ਬੜੇ ਐਕਟਿਵ ਨੇ, ਤਕੜੇ ਨੇ, ਪਰ ਜੇ ਰੱਬੀ ਗੁਣ ਨਹੀਂ ਇਨਸਾਨ ਕਹਾਉਣ ਦੇ ਹੱਕਦਾਰ ਹੀ ਨਹੀਂ। ਪਰ ਜੇ ਸਰੀਰਕ ਤੌਰ ਤੇ ਰੋਗੀ ਵੀ ਕੋਈ ਹੋਵੇ, ਸਰੀਰਕ ਤੌਰ ਤੇ ਅਪਾਹਜ ਵੀ ਕੋਈ ਹੋਵੇ, ਅੰਦਰ ਇਨਸਾਨੀਅਤ ਹੈ, ਅੰਦਰ ਗੁਣ ਨੇ, ਉਹ ਮਨੁੱਖ ਸਫਲ ਹੈ, ਫਿਰ ਉਹ ਸਫਲ ਹੈ। ਇੱਕ ਸਪੋਰਟਸ ਸਟੇਡੀਅਮ ਦੇ ਵਿੱਚ 8 ਬੱਚੇ ਰੇਸ ਟ੍ਰੈਕ ਤੇ ਖੜੇ ਹੋ ਕੇ ਰੇਸ ਸ਼ੁਰੂ ਹੋਣ ਦੀ ਵੇਟ ਕਰ ਰਹੇ ਸੀ। ਇਧਰੋਂ ਵਿਸਲ ਵੱਜੀ, ਸਾਊਂਡ ਆਇਆ, ਰੈਡੀ ਸਟੈਡੀ ਐਂਡ ਬੈਂਗ ਰੇਸ ਸਟਾਰਟ ਹੋਈ। ਉਸ ਰੇਸ ਟ੍ਰੈਕ ਦੇ ਉੱਪਰ 8 ਲੜਕੀਆਂ ਭੱਜਣ ਲੱਗ ਪਈਆਂ। ਉਹ 8 ਲੜਕੀਆਂ ਜਦੋਂ ਭੱਜੀਆਂ, ਅਜੇ ਮੁਸ਼ਕਲ ਦੇ ਨਾਲ 8-10 ਕਦਮ ਵੀ ਕਵਰ ਕੀਤੇ ਹੋਣਗੇ ਕਿ ਇੱਕ ਲੜਕੀ ਦੇ ਕਦਮ ਡਗਮਗਾ ਗਏ, ਉਹ ਟ੍ਰੈਕ ਦੇ ਉੱਪਰ ਡਿੱਗ ਪਈ। ਬਾਕੀ 7 ਲੜਕੀਆਂ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੂੰ ਡਿੱਗਣ ਦੀ ਆਵਾਜ਼ ਆਈ, ਉਹਨਾਂ 7 ਲੜਕੀਆਂ ਨੇ ਪਿੱਛੇ ਮੁੜ ਕੇ ਦੇਖਿਆ, ਉਹਨਾਂ ਨੇ ਦੇਖਿਆ ਸਾਡੀ ਫਰੈਂਡ ਤੇ ਡਿੱਗੀ ਹੋਈ ਹੈ। ਉਹਨਾਂ ਨੇ ਭੱਜਣਾ ਬੰਦ ਕਰ ਦਿੱਤਾ, ਆਪਣੀ ਫਰੈਂਡ ਦੀ ਤਰਫ ਮੁੜੀਆਂ ਵਾਪਸ। ਉਹਨਾਂ ਵਿੱਚੋਂ ਇੱਕ ਲੜਕੀ ਝੁਕੀ, ਉਹਨੇ ਝੁੱਕ ਕੇ ਪੁੱਛਿਆ, ਕਿੱਥੇ ਸੱਟ ਲੱਗੀ ਹੈ, ਤੂੰ ਠੀਕ ਹੈ, ਦਰਦ ਹੋ ਰਿਹਾ? ਇਦਾਂ ਕਹਿੰਦੇ ਹੋਏ ਉਹਨੇ ਆਪਣੇ ਇਸ ਫਰੈਂਡ ਦੇ ਮੱਥੇ ਤੇ ਕਿਸ ਵੀ ਕੀਤਾ, ਉਹਦਾ ਹੱਥ ਫੜ ਕੇ ਉਹਨੂੰ ਉਠਾਇਆ। ਬਾਕੀ ਜਿਹੜੀਆਂ ਸਹੇਲੀਆਂ ਉਹ ਵੀ ਇਕੱਠੀਆਂ ਹੋਈਆਂ, ਉਹਨਾਂ ਨੇ ਫੜ ਕੇ ਉਠਾਇਆ ਤੇ ਇੱਕ ਨੇ ਪੁੱਛ ਲਿਆ, ਤੂੰ ਦੌੜ ਸਕਦੀ ਹੈ? ਉਹ ਲੜਕੀ ਕਹਿਣ ਲੱਗੀ, ਨਹੀਂ ਦੌੜ ਨਹੀਂ ਸਕਦੀ ਪਰ ਚੱਲ ਸਕਦੀ ਹਾਂ। ਕਹਿਣ ਲੱਗੀ, ਕੋਈ ਗੱਲ ਨਹੀਂ। ਉਹਨਾਂ 7 ਲੜਕੀਆਂ ਨੇ ਉਹਦਾ ਹੱਥ ਫੜਿਆ ਤੇ ਰੇਸ ਟ੍ਰੈਕ ਦੇ ਉੱਪਰ ਚੱਲਣ ਲੱਗ ਪਈਆਂ ਤੇ ਚਲਦਿਆਂ ਚਲਦਿਆਂ ਵਿਨਿੰਗ ਪੋਸਟ ਤੱਕ ਪਹੁੰਚ ਗਈਆਂ। ਸਟੇਡੀਅਮ ਚ ਜਿੰਨੇ ਵੀ ਆਫੀਸ਼ੀਅਲ ਬੈਠੇ ਸਨ ਉਹ ਸੀਨ ਦੇਖ ਕੇ ਹੈਰਾਨ ਰਹਿ ਗਏ। ਜਦੋਂ ਵਿਨਿੰਗ ਪੋਸਟ ਤੇ ਪਹੁੰਚੀਆਂ, ਉਸ ਲਾਈਨ ਦੇ ਉੱਪਰ ਪਹੁੰਚੀਆਂ, ਪੂਰਾ ਸਟੇਡੀਅਮ ਤਾਲੀਆਂ ਦੀ ਗੜਗੜਾਹਟ ਚ ਗੂੰਜ ਉੱਠਿਆ। ਕੁਝ ਲੋਕਾਂ ਦੀਆਂ ਅੱਖਾਂ ਚ ਆਂਸੂ ਵੀ ਸਨ। ਔਰ ਇਹ ਰੀਅਲ ਇੰਸੀਡੈਂਟ ਹੈ, ਸੱਚਮੁੱਚ ਦੀ ਘਟਨਾ, ਹੈਦਰਾਬਾਦ ਦੀ ਘਟਨਾ ਹੈ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਨੇ ਇਹਨੂੰ ਆਰਗੇਨਾਈਜ਼ ਕੀਤਾ ਸੀ ਤੇ ਇਹ ਸਾਰੀਆਂ ਲੜਕੀਆਂ ਸਪੈਸ਼ਲ ਗਰਲਸ ਸਨ, ਇਸ ਇਵੈਂਟ ਚ ਭਾਗ ਲੈਣ ਆਈਆਂ ਸਨ, ਪਾਰਟਿਸਿਪੇਟ ਕਰਨ ਆਈਆਂ ਸਨ। ਸਪੈਸੀਫਿਕ ਚਿਲਡਰਨ ਸਨ, ਮੈਂਟਲੀ ਰਿਟਾਇਰਡ ਸਨ, ਪਰ ਹਾਂ ਸੋਸਾਇਟੀ ਦੀਆਂ ਨਜ਼ਰਾਂ ਵਿੱਚ ਉਹ ਪਰਫੈਕਟ ਨਹੀਂ ਸੀ, ਅਪਾਹਜ ਸਨ। ਪਰ ਉਹਨਾਂ ਦੇ ਇਸ ਐਕਸ਼ਨ ਨੇ ਸਟੇਡੀਅਮ ਚ ਜਿਹੜੇ ਮੌਜੂਦ ਲੋਕ ਸਨ ਉਹਨਾਂ ਨੂੰ ਕੁਝ ਗੱਲਾਂ ਸਿਖਾ ਦਿੱਤੀਆਂ ਕਿ ਜੇ ਜ਼ਿੰਦਗੀ ਚ ਅੱਗੇ ਵਧਣਾ ਹੈ ਤੇ ਤੁਹਾਡੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ। ਪਿੱਛੇ ਤੇ ਕੋਈ ਵੀ ਕਿਸੇ ਨੂੰ ਕੱਟ ਸਕਦਾ ਹੈ, ਕੋਈ ਵੀ ਕਿਸੇ ਨੂੰ ਥੱਲੇ ਸੁੱਟ ਕੇ ਅੱਗੇ ਦੌੜ ਸਕਦਾ ਹੈ, ਪਰ ਜੇ ਇਨਸਾਨ ਬਣਨਾ ਹੈ, ਅੱਗੇ ਵਧਣਾ ਹੈ, ਤੇ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਹੈ। ਤੁਹਾਡੇ ਅੰਦਰ ਇੱਕ ਸੈਂਸ ਆਫ ਇਕੁਐਲਿਟੀ ਹੋਣੀ ਚਾਹੀਦੀ ਹੈ। ਜੇ ਅੱਗੇ ਵਧਣਾ ਹੈ ਤੇ ਟੀਮ ਵਰਕ ਬਣਾ ਕੇ ਤੁਰਨਾ ਪਏਗਾ, ਆਪਣੇ ਬਜ਼ੁਰਗ ਮਾਂ ਬਾਪ ਨੂੰ ਨਾਲ ਲੈ ਕੇ ਤੁਰਨਾ ਪਏਗਾ, ਆਪਣੇ ਜੀਵਨ ਸਾਥੀ ਨੂੰ ਨਾਲ ਲੈ ਕੇ ਤੁਰਨਾ ਪਏਗਾ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੁਰਨਾ ਪਏਗਾ, ਆਪਣੇ ਗੁਆਂਢੀਆਂ ਨੂੰ ਨਾਲ ਲੈ ਕੇ ਤੁਰਨਾ ਪਏਗਾ, ਤਾਂ ਅੱਗੇ ਵਧ ਸਕਦੇ ਹਾਂ। ਕਿੰਨਾ ਕੁਝ ਸਿਖਾਇਆ ਉਹਨਾਂ ਨੇ। ਅਸੀਂ ਕਹਿੰਦੇ ਹਾਂ ਕਿ ਉਹ ਲੜਕੀਆਂ ਸਪੈਸ਼ਲ ਨੇ, ਸਪੈਸ਼ਲ ਕੇਅਰ ਦੀ ਉਹਨਾਂ ਨੂੰ ਲੋੜ ਹੈ, ਨਹੀਂ, ਉਹਨਾਂ ਨੂੰ ਸਾਡੀ ਲੋੜ ਨਹੀਂ ਹੈ, ਸਾਨੂੰ ਉਹਨਾਂ ਦੀ ਲੋੜ ਹੈ ਜਿਹੜਾ ਉਹਨਾਂ ਨੇ ਇੱਕ ਮੈਸੇਜ ਦੇ ਦਿੱਤਾ ਦੁਨੀਆ ਨੂੰ। ਉਹਨਾਂ ਨੇ ਸਿਖਾ ਦਿੱਤਾ ਵੀ ਉਹ ਇਨਸਾਨੀਅਤ ਦੇ ਤੌਰ ਤੇ ਪਰਫੈਕਟ ਨੇ। ਜਿਹੜਾ ਆਮ ਇਨਸਾਨ ਸੋਸਾਇਟੀ ਦੇ ਨਜ਼ਰਾਂ ਚ ਪਰਫੈਕਟ ਹੈ ਨਾ, ਮੇਰੇ ਖਿਆਲ ਚ ਉਹਨੂੰ ਸਪੈਸ਼ਲ ਕੇਅਰ ਦੀ ਲੋੜ ਹੈ। ਜਿਹੜੀਆਂ ਉਹ ਸਪੈਸ਼ਲ ਕੇਅਰ ਵਾਲੀਆਂ ਸਨ
ਉਹ ਪਰਫੈਕਟ ਨੇ, ਉਹਨਾਂ ਦੇ ਅੰਦਰ ਇਨਸਾਨੀਅਤ ਹੈ, ਉਹਨਾਂ ਦੇ ਅੰਦਰ ਦਰਦ ਹੈ, ਉਹਨਾਂ ਅੰਦਰ ਦਇਆ ਹੈ, ਉਹਨਾਂ ਦੇ ਅੰਦਰ ਮਿਲਵਰਤਨ ਦੀ ਭਾਵਨਾ ਹੈ, ਉਹਨਾਂ ਦੇ ਅੰਦਰ ਆਪਣੇ ਸਹੇਲੀ ਦੇ ਪ੍ਰਤੀ ਪਿਆਰ ਹੈ, ਆਪਣਾਪਨ ਹੈ, ਇਨਸਾਨ ਤੇ ਉਹ ਨੇ। ਗੱਲ ਇਹ ਨਹੀਂ ਕੋਈ ਸਰੀਰ ਪੱਖੋਂ ਤੰਦਰੁਸਤ ਹੋਵੇ, ਕੋਈ ਸਰੀਰ ਪੱਖੋਂ ਤਾਕਤਵਰ ਹੋਵੇ, ਕੋਈ ਸਮਾਜ ਵਿੱਚ ਪੂਰੀ ਤਰੱਕੀ ਕਰ ਸਕਦਾ ਹੋਵੇ, ਪਰ ਜੇ ਕਿਸੇ ਦੂਸਰੇ ਦੇ ਕੰਮ ਨਹੀਂ ਆ ਰਿਹਾ, ਸਮਾਜ ਦੀ ਮਦਦ ਨਹੀਂ ਕਰ ਰਿਹਾ, ਦੂਜੇ ਚ ਰੱਬ ਨਹੀਂ ਦੇਖ ਰਿਹਾ, ਫਿਰ ਉਹਦਾ ਪੂਰਾ ਜੀਵਨ ਵਿਅਰਥ ਹੈ। ਇਹ ਜਿਹੜੇ ਚਾਰ ਸਲੋਕ ਨੇ ਇਸੇ ਬੇਸਡ ਨੇ। ਪਹਿਲੇ ਸਲੋਕ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਹ ਮਨੁੱਖ ਜੇ ਸਰੀਰ ਦਾ ਤੂੰ ਮਾਣ ਕਰਦੇ ਇਹਦਾ ਲਾਭ ਵੀ ਲੈ ਲਈ, ਕਿਤੇ ਹੰਕਾਰ ਨਾ ਕਰੀ ਜਾਈ, ਅੰਦਰ ਤੇ ਬਹੁਤ ਕੁਝ ਭਰਿਆ ਹੋਇਆ ਹੈ, ਇਹਦੇ ਤੂੰ ਲਾਭ ਲੈ। ਤੇਰੇ ਕੋਲ ਸਿਆਣਪ ਹੋਵੇ, ਤਰੱਕੀ ਹੋਵੇ, ਤੂੰ ਆਕਾਸ਼ਾਂ ਖੰਡਾਂ ਬ੍ਰਹਮੰਡਾਂ ਤੱਕ ਘੁੰਮ ਕੇ ਆ ਜਾਏ, ਪਰ ਗੁਰੂ ਗਿਆਨ ਵੀ ਹੋਣੀ ਜ਼ਿੰਦਗੀ, ਜੇ ਕਿਸੇ ਦੇ ਕੰਮ ਨਹੀਂ ਆਈ ਫਿਰ ਕਿਸੇ ਕੰਮ ਦਾ ਜੀਵਨ ਨਹੀਂ ਹੈ। ਇਸੇ ਤਰ੍ਹਾਂ ਮੌਤ ਨਿਸ਼ਚਿਤ ਹੈ, ਆਉਣੀ ਆਉਣੀ ਹੈ, ਪਰ ਜਿੰਨਾ ਚਿਰ ਜੀਵਨ ਹੈ ਰੱਬੀ ਕੀਰਤੀ ਨੇ ਸਾਥ ਦੇਣਾ ਹੈ, ਰੱਬੀ ਗੁਣਾਂ ਨੇ ਇਸ ਜੀਵਨ ਨੂੰ ਸਫਲ ਕਰਨਾ ਹੈ। ਤੇ ਦੇਖੀ ਇਸ ਜਗਤ ਵਿੱਚ ਆਪਣੇ ਪਿਆਰਿਆਂ ਮਿੱਤਰਾਂ ਦੀ ਖਾਤਰ ਹੀ ਜਿਉਂਦਾ ਨਾ ਰਹੀ, ਸੈਲਫਿਸ਼ ਨਾ ਹੋ ਜਾਈ, ਬਲਕਿ ਗੁਰੂ ਦੀ ਸੰਗਤ ਤੇ ਉਚਾ ਕੇ ਗੱਲ ਸਿੱਖ ਲਈ ਕਿ ਰੱਬੀ ਗੁਣਾਂ ਨਾਲ ਪੂਰੇ ਸਮਾਜ ਨੂੰ ਸੁੱਖ ਦੇਣਾ ਹੈ, ਪੂਰੇ ਸਮਾਜ ਵਿੱਚ ਚੰਗੇ ਗੁਣ ਫੈਲਾਣੇ ਨੇ, ਸਾਰੇ ਸਮਾਜ ਦੇ ਵਿੱਚ ਪਿਆਰ, ਆਨੰਦ, ਮੁਹੱਬਤ, ਨਿਮਰਤਾ, ਮਿਠਾਸ, ਦਇਆ ਨੂੰ ਪੈਦਾ ਕਰਨਾ ਹੈ, ਭਾਵ ਪੂਰੇ ਜਗਤ ਦੇ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰਕੇ ਫੈਲਾਉਣਾ ਵੀ ਹੈ, ਦੂਜੇ ਤੱਕ ਵੀ ਪਹੁੰਚਾਉਣਾ ਹੈ। ਕਿਤੇ ਉਹ ਮਾਇਆ ਵਾਲੀ ਸੋਚ ਨਾ ਹੋਵੇ ਜਿਹੜੀ ਸਾਨੂੰ ਸੈਲਫਿਸ਼ ਬਣਾ ਦਿੰਦੀ ਹੈ, ਅਸੀਂ ਆਪਣਿਆਂ ਦੀ ਖਾਤਰ ਜੀਨੇ ਆ, ਬਲਕਿ ਲਭਦੇ ਸਾਧ ਸੰਗੇਣ ਨਾਨਕ ਸੁਖ ਸਥਾਨੰ ਗੋਪਾਲ ਭਜਨੰ। ਇਹ ਨਾਨਕ ਸਾਧ ਸੰਗਤ ਵਿੱਚ ਉਹ ਥਾਂ ਮਿਲਦੀ ਹੈ ਜਿੱਥੇ ਆਤਮਿਕ ਸੁੱਖ ਹੈ, ਗੋਬਿੰਦ ਦਾ ਭਜਨ ਹੈ, ਰੱਬੀ ਗੁਣ ਨੇ। ਜਦੋਂ ਉਹਨਾਂ ਰੱਬੀ ਗੁਣਾਂ ਨੂੰ ਮਨੁੱਖ ਜੀਵਨ 'ਚ ਧਾਰ ਲੈਂਦਾ ਹੈ, ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਰਤਾ ਨਿਰਮਾਣਤਾ ਨਿਸ਼ਕਾਮਤਾ ਨੇਕ ਨੀਤੀ ਸੱਚਾਈ ਇਮਾਨਦਾਰੀ, ਫਿਰ ਇਹ ਸ਼ੁਭ ਗੁਣਾਂ ਦੇ ਨਾਲ ਮਨੁੱਖ ਆਪਣੇ ਜੀਵਨ ਨੂੰ ਵੀ ਸਫਲ ਕਰ ਜਾਂਦਾ ਹੈ, ਸੰਸਾਰ ਵਿੱਚ ਵੀ ਸੁੱਖ ਤੇ ਆਨੰਦ ਫੈਲਾ ਕੇ ਜਾਂਦਾ ਹੈ। ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ, ਉਦੋਂ ਆਪ ਵੀ ਸੁਖੀ ਹੈ, ਦੂਜਿਆਂ ਨੂੰ ਵੀ ਉਹ ਸੁੱਖ ਤੇ ਆਨੰਦ ਦੇ ਕੇ ਜਾਂਦਾ ਹੈ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹ ਤੇ ਉਜਲੇ ਮਨੁੱਖ ਨਾਲ ਉਜਲੇ ਮੁਖ ਨਾਲ ਜੀਵਨ ਨੂੰ ਸਫਲ ਕਰਕੇ ਧਰਮੀ ਪੁਰਸ਼ ਤੇ ਜਾਂਦੇ ਹੀ ਨੇ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਗੁਣਾਂ ਨੂੰ ਜੀਵਨ ਚ ਧਾਰ ਕੇ ਕਿੰਨੀ ਲੁਕਾਈ ਨਾਲ ਛੁੱਟ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਮੂਹ ਨੂੰ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ। ਗਾਥਾ ਬਾਣੀ ਅੱਜ ਆਰੰਭ ਹੋਈ ਹੈ, ਇਹਦੇ ਵਿੱਚ ਜਿਹੜੇ ਸਲੋਕ ਨੇ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਨੇ, ਸਾਡੇ ਜੀਵਨ ਨੂੰ ਛੂੰਹਦੇ ਨੇ, ਟੱਚ ਕਰਦੇ ਨੇ, ਸਾਡੇ ਮਨ ਨੂੰ ਛੂੰਹਦੇ ਨੇ, ਨਾਲ ਨਾਲ ਸਾਨੂੰ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦੀ ਕੀਮਤੀ ਸਿੱਖਿਆ ਦਿੰਦੇ ਹਨ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ, ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।